ਸਤਿ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰ ਸ਼ਰਨਕਰ ਅੱਜ 17 ਜੁਲਾਈ ਹੈ ਦਿਨ ਬੋਧਵਾਰ ਹੈ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਦੱਸਾਂਗੇ ਪੰਜਾਬ ਭਾਰਤ ਤੇ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਸ਼ੁਰੂਆਤ ਕਰਾਂਗੇ ਮੌਸਮ ਦੀ ਤਾਜ਼ਾ ਜਾਣਕਾਰੀ ਤੋਂ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਮੌਸਮ ਵਿਭਾਗ ਦੀ ਭਵਿੱਖਬਾਣੀ ਸਹੀ ਸਾਬਿਤ ਹੋਈ ਹੈ ਕੱਲ ਤੋਂ ਸ਼ੁਰੂ ਹੋਇਆ ਮੀਂਹ ਅੱਜ ਵੀ ਪੈਂਦਾ ਰਿਹਾ 18 ਜੁਲਾਈ ਨੂੰ ਵੀ ਤੇਜ਼ ਮੀਂਹ ਦੀ ਭਵਿੱਖਬਾਣੀ ਮੌਸਮ ਵਿਭਾਗ ਪਉਗਾ ਪੰਜਾਬ ਚ ਵੀ ਹਰਿਆਣਾ ਚ ਵੀ ਚੰਡੀਗੜ੍ਹ ਦੇ ਵਿੱਚ ਵੀ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਅੱਜ ਤੇਜ਼ ਹਵਾਵਾਂ ਚੱਲਦੀਆਂ ਰਹੀਆਂ ਚੰਡੀਗੜ੍ਹ ਅਤੇ ਮੁਹਾਲੀ ਦੇ ਵਿੱਚ ਤਾਂ ਸਵੇਰ ਤੋਂ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ ਕਦੇ ਹਲਕਾ ਤੇ ਕਦੇ ਦਰਮਿਆਨਾ ਮੀਂਹ ਪੈਂਦਾ ਰਿਹਾ ਸ਼ਹੀਦ ਭਗਤ ਸਿੰਘ ਨਗਰ ਤੇ ਹੁਸ਼ਿਆਰਪੁਰ ਤੋਂ ਵੀ ਮੀਂਹ ਪੈਂਦੀਆਂ ਤਸਵੀਰਾਂ ਆਈਆਂ ਨੇ ਮੌਸਮ ਵਿਭਾਗ ਮੁਤਾਬਕ 2 ਦਿਨ ਮੀਂਹ ਪੈਣ ਤੋਂ ਬਾਅਦ ਅਗਲੇ 2 ਦਿਨ ਮੌਸਮ ਸਾਫ਼ ਰਹੇਗਾ ਫਿਰ 21 ਜੁਲਾਈ ਨੂੰ ਤੇਜ਼ ਹਵਾਵਾਂ ਦੇ ਨਾਲ ਫਿਰ ਮੀਂਹ ਪੈਣ ਦੀ ਪੂਰੀ ਪੂਰੀ ਸੰਭਾਵਨਾ ਹੈ ਲੰਘੇ ਦਿਨ ਮੀਂਹ ਦੀ ਵਜ੍ਹਾ ਕਰਕੇ ਅੱਜ ਸਵੇਰ ਦੇ ਪੰਜਾਬ ਦੇ ਤਾ ਕੀਤੀ ਗਈ ਹਰਿਆਣਾ ਦੇ ਵਿੱਚ ਵੀ 2 ਦਿਨ ਮੌਸਮ ਸਾਫ ਰਹਿਣ ਤੋਂ ਬਾਅਦ 21 ਜੁਲਾਈ ਨੂੰ ਮੌੜ ਮੀਂਹ ਦੀ ਭਵਿੱਖਬਾਣੀ ਹੈ ਮੀਂਹ ਦੀ ਵਜ੍ਹਾ ਕਰਕੇ ਅੱਜ ਹਰਿਆਣਾ ਦਾ ਵੀ ਤਾਪਮਾਨ 0.8 ਡਿਗਰੀ ਘਟ ਗਿਆ ਹਿਮਾਚਲ ਦੇ ਵਿੱਚ ਮੌਸਮ ਵਿਭਾਗ ਦੀ ਭਵਿੱਖਬਾਣੀ ਲਗਾਤਾਰ ਗਲਤ ਸਾਬਿਤ ਹੋ ਰਹੀ ਹੈ 1 ਹਫਤੇ ਦੇ ਅੰਦਰ ਕੁਝ ਹੀ ਇਲਾਕਿਆਂ ਦੇ ਵਿੱਚ ਹਲਕਾ ਮੀਂਹ ਪਿਆ ਜਾਂ ਕੇ ਤੇਜ਼ ਮੀਂਹ ਦੀ ਭਵਿੱਖਬਾਣੀ ਹੋਈ ਸੀ ਸਵੇਰੇ ਦੇ ਵਿੱਚ 9 ਤੋਂ 16 ਜੁਲਾਈ ਦੇ ਵਿਚਾਲੇ 87% ਦੀ ਘਟ ਮੀਂਹ ਦਰਜ ਕੀਤਾ ਗਿਆ ਪੂਰੇ ਹਿਮਾਚਲ ਦਾ ਤਾਪਮਾਨ ਆਮ ਨਾਲੋਂ 2.4 ਡਿਗਰੀ ਵੱਧ ਦਰਜ ਕੀਤਾ ਗਿਆ ਉਧਰ ਕੱਲ ਜਦੋਂ ਚੰਡੀਗੜ੍ਹ ਮੁਹਾਲੀ ਦੇ ਵਿੱਚ ਮੀਂਹ ਪਿਆ ਤਾਂ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੁੱਲ ਗਈ ਚੰਡੀਗੜ੍ਹ ਸਿਟੀ ਬਿਊਟੀਫੁੱਲ ਹੈ ਇੱਥੇ ਪ੍ਰਸ਼ਾਸਨ ਦਾਅਵਾ ਕਰਦਾ ਹੈ ਕਿ ਪਾਣੀ ਦੀ ਨਿਕਾਸੀ ਤੇ ਸੀਵਰੇਜ ਦਾ ਬਹੁਤ ਹੀ ਚੰਗਾ ਪ੍ਰਬੰਧ ਹੈ ਬਿਜਲੀ ਵੀ ਇੱਥੇ ਨਹੀਂ ਜਾਂਦੀ ਪਰ ਇਹਨਾਂ ਮਹੀਨਿਆਂ ਦੇ ਵਿੱਚ ਚੰਡੀਗੜ੍ਹ ਵਾਲਿਆਂ ਨੇ ਸਾਰਾ ਕੁਝ ਦੇਖ ਲਿਆ ਹੈ ਪਿਛਲੇ ਸਾਲ ਵੀ ਇਸੇ ਤਰ੍ਹਾਂ ਹੋਇਆ ਸੀ ਜ਼ਿਆਦਾ ਮੀਂਹ ਪੈਣ ਕਾਰਨ ਜਿਹੜੀ ਸੁਖਨਾ ਝੀਲ ਹੈ ਓਵਰਫਲੋ ਹੋ ਕੇ ਉਸ ਤੋਂ ਵੀ ਖਤਰਾ ਪੈਦਾ ਹੋ ਜਾਂਦਾ ਤੇ ਸੜਕਾਂ ਤੇ ਵੀ ਪਾਣੀ ਖੜ ਗਿਆ ਸੀ ਸੜਕਾਂ ਕਈ ਥਾਈ ਟੁੱਟ ਵੀ ਗਈਆਂ ਸੀ ਤੇ ਐਤਕੀ ਫੇਰ ਇੱਕ ਦਿਨ ਦੇ ਭਾਵੇਂ ਮੀਂਹ ਦੇ ਨਾਲ ਹੀ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੁੱਲ ਗਈ ਸੜਕਾਂ ਦੇ ਉੱਤੇ ਗੋਡੇ-ਗੋਡੇ ਪਾਣੀ ਜਮਾ ਹੋ ਗਿਆ ਸੀ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੁਤਾਬਕ ਦਿੱਲੀ ਐਨਸੀਆਰ ਸਮੇਤ ਬਿਹਾਰ ਤੇ ਉੱਤਰੀ ਭਾਰਤ ਦੇ ਕਈ ਇਲਾਕਿਆਂ ਦੇ ਵਿੱਚ ਵੀ ਗਰਜ ਚਮਕ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ। ਕੌਂਕਣ ਤੇ ਗੋਆ ਤੋਂ ਇਲਾਵਾ ਮੱਧ ਮਹਾਰਾਸ਼ਟਰ, ਮਰਾਠਵਾੜਾ, ਕੇਰਲਾ, ਲਕਸ਼ਦੀਪ, ਕਰਨਾਟਕਾ, ਗੁਜਰਾਤ, ਮੱਧ ਪ੍ਰਦੇਸ਼ ਸਮੇਤ ਹੋਰ ਕਈ ਸੂਬਿਆਂ ਦੇ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਦੱਖਣ ਪੂਰਬੀ ਮੱਧ ਪ੍ਰਦੇਸ਼ ਦੇ ਇਸ ਤੇ ਆਸ-ਪਾਸ ਘੱਟ ਦਬਾ ਦਾ ਖੇਤਰ ਹੈ। ਇੱਥੇ ਮੀਂਹ ਜਿਹੜਾ ਹੈਗਾ ਘੱਟ ਪਵੇਗਾ 17 ਤੋਂ 20 ਜੁਲਾਈ ਦੌਰਾਨ ਤੇਲੰਗਾਨਾ ਤੱਟਵਰਤੀ ਆਂਧਰਾ ਪ੍ਰਦੇਸ਼ ਜਾਂ ਮੱਧ ਪ੍ਰਦੇਸ਼ ਵਿਧਰਬ ਛੱਤੀਸਗੜ੍ਹ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਤੇ ਮੀਂਹ ਪੈਣ ਕਾਰਨ ਅਜਿਹੇ ਹਾਲਾਤ ਨੇ ਜਿਹੜੇ ਉਹ ਕੱਲੇ ਪੰਜਾਬ ਜਾਂ ਭਾਰਤ ਦੇ ਹੋਰ ਹਿੱਸਿਆਂ ਦੇ ਵਿੱਚ ਹੀ ਨਹੀਂ ਕੈਨੇਡਾ ਦੇ ਵਿੱਚ ਵੀ ਅਜਿਹੇ ਹਾਲਾਤ ਹੋ ਸਕਦੇ ਨੇ ਸੜਕਾਂ ਤੇ ਪਾਣੀ ਖੜਾ ਹੋ ਸਕਦਾ ਹੈ ਮੀਂਹ ਨਾਲ ਬੁਰੇ ਹਾਲਾਤ ਹੋ ਸਕਦੇ ਨੇ ਇਹ ਤੁਸੀਂ ਤਸਵੀਰਾਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਕੈਨੇਡਾ ਦੇ ਬ੍ਰੈਮਟਨ ਦੇ ਵਿੱਚ ਵੀ ਭਾਰੀ ਮੀਂਹ ਨੇ ਕਹਿਰ ਮਚਾਇਆ ਹੋਇਆ ਹੈ ਸੜਕਾਂ ਤੇ ਕਈ ਕਈ ਫੁੱਟ ਪਾਣੀ ਖੜ ਗਿਆ ਹੈ ਲੋਕਾਂ ਦੇ ਵਾਹਨ ਫਸੇ ਹੋਏ ਨੇ ਕਈ ਥਾਈਂ ਤਾਂ ਕਾਰਾਂ ਵੀ ਤੈਰਨ ਲੱਗੀਆਂ ਛੋਟੀਆਂ ਕਾਰਾਂ ਬਿਜਲੀ ਜਾਣ ਕਰਕੇ 1 ਲੱਖ ਤੋਂ ਘੱਟ 1 ਲੱਖ ਤੋਂ ਵੱਧ ਘਰਾਂ ਨੇ ਹਨੇਰੇ ਦੀ ਮਾਰ ਚੱਲੀ ਟੋਰਾਂਟੋ ਦੇ ਕੁਝ ਹਿੱਸਿਆਂ ਵਿੱਚ ਤਾਂ ਹੜ ਵਰਗੇ ਹਾਲਾਤ ਨੇ ਸ਼ਹਿਰ ਦੇ ਮੁੱਖ ਹਾਈਵੇ ਤੇ ਡਰਾਈਵਰ ਫਸਦੇ ਦੇਖੇ ਗਏ ਐਨਵਾਇਰਨਮੈਂਟ ਕੈਨੇਡਾ ਮੁਤਾਬਕ ਮੰਗਲਵਾਰ ਨੂੰ ਟੋਰਾਂਟੋ ਵਿੱਚ ਤਕਰੀਬਨ 100 ਮਿਲੀਲੀਟਰ ਮੀ ਪਿਆ ਫੋਟੋਆਂ ਤੇ ਵੀਡੀਓਜ਼ ਦੇ ਵਿੱਚ ਪੂਰੇ ਸ਼ਹਿਰ ਚ ਡੁੱਬੀਆਂ ਕਾਰਾਂ ਯੂਨੀਅਨ ਸਟੇਸ਼ਨ ਦੀਆਂ ਪੌੜੀਆਂ ਤੋਂ ਹੇਠਾਂ ਵਹਿ ਰਹੇ ਪਾਣੀ ਨੂੰ ਵੀ ਦੇਖਿਆ ਜਾ ਸਕਦਾ ਹੈ ਬੁੱਧਵਾਰ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਹੀ ਜੁੜੀ ਹੋਈ ਹੈ ਅੰਮ੍ਰਾਲਾ ਦੇ ਵਿੱਚ ਬੁੱਧਵਾਰ ਸਵੇਰ ਤੋਂ ਹੀ ਪ੍ਰਸ਼ਾਸਨ ਤੇ ਕਿਸਾਨ ਆਹਮੋ ਸਾਹਮਣੇ ਸਨ ਪਰ ਸ਼ਾਮ ਤੱਕ ਦੋਵਾਂ ਦੀ ਸੁਲ੍ਹਾ ਹੋ ਗਈ ਸਵੇਰੇ ਅੰਮ੍ਰਾਲਾ ਦੀ ਦਾਣਾ ਮੰਡੀ ਵਿੱਚ ਇਕੱਠ ਕਰਨ ਜਾ ਰਹੇ ਇਹੜੇ ਕਿਸਾਨ ਲੀਡਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਮੌਕੇ ਤੇ ਪਹੁੰਚੇ ਐਸਪੀ ਨੇ ਕਿਹਾ ਕਿ ਇਸ ਦੇ ਬਾਵਜੂਦ ਵੀ ਜੇ ਕੋਈ ਕਿਸਾਨ ਰਹਿ ਗਿਆ ਤਾਂ ਉਸ ਨੂੰ ਰਿਹਾ ਕਰ ਦਿੱਤਾ ਜਾਊਗਾ ਜਿਸ ਤੋਂ ਬਾਅਦ ਕਿਸਾਨ ਸ਼ੰਭੂ ਬਾਰਡਰ ਚਲੇ ਗਏ ਤੇ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਅੰਬਾਲਾ ਤੋਂ ਲੈ ਕੇ ਸ਼ੰਭੂ ਬਾਰਡਰ ਤੱਕ ਜੇਤੂ ਮਾਰਚ ਕੱਢਣ ਦੀ ਵੀ ਇਜਾਜ਼ਤ ਦਿੱਤੀ ਜਿਸ ਤੋਂ ਬਾਅਦ ਕਿਸਾਨ ਜੇਤੂ ਅੰਦਾਜ਼ ਦੇ ਵਿੱਚ ਸ਼ੰਭੂ ਬਾਰਡਰ ਪਹੁੰਚੇ ਇੱਥੇ ਰਿਹਾ ਹੋਣ ਵਾਲੇ ਨੌਜਵਾਨ ਕਿਸਾਨ ਨਵਦੀਪ ਸਿੰਘ ਜਲਵੇੜਾ ਨੂੰ ਵੀ ਕਿਸਾਨ ਲੀਡਰਾਂ ਨੇ ਸਨਮਾਨਿਤ ਕੀਤਾ ਮੋਰਚੇ ਦੇ ਕਿਸਾਨ ਬੜੇ ਚਾਹ ਦੇ ਨਾਲ ਨਵਦੀਪ ਨੂੰ ਮਿਲੇ ਤੇ ਇਹੀ ਸਨਮਾਨ ਕਿਸਾਨ ਅੰਬਾਲਾ ਦੀ ਦਾਣਾ ਮੰਡੀ ਦੇ ਵਿੱਚ ਕਰਨਾ ਚਾਹੁੰਦੇ ਸੀ ਨਵਦੀਪ ਦਾ ਪਰ ਹਰਿਆਣੇ ਦੀ ਪੁਲਿਸ ਨੇ ਉਹਨਾਂ ਨੂੰ ਉੱਥੇ ਜਾਣ ਨਹੀਂ ਦਿੱਤਾ ਦਰਸਲ ਨਵਦੀਪ ਜਲਵੇੜਾ ਦੇ ਜੇਲ੍ਹ ਤੋਂ ਛੁੱਟਣ ਤੋਂ ਬਾਅਦ ਕਿਸਾਨਾਂ ਨੇ ਵਿਕਟਰੀ ਮਾਰਚ ਦਾ ਅੰਬਾਲਾ ਦੇ ਵਿੱਚ ਹੀ ਪ੍ਰੋਗਰਾਮ ਰੱਖਿਆ ਸੀ ਜੇਤੂ ਮਾਰਚ ਦਾ ਪ੍ਰੋਗਰਾਮ ਰੱਖਿਆ ਸੀ ਦਾਣਾ ਮੰਡੀ ਦੇ ਵਿੱਚ ਇਕੱਠੇ ਇਹਨਾਂ ਨੇ ਹੋਣਾ ਸੀ ਉੱਥੋਂ ਇਹਨਾਂ ਨੇ ਜੇਤੂ ਮਾਰਚ ਕੱਢਣਾ ਸੀ ਪਰ ਉਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੇ ਦਫਾ 44 ਲਾ ਦਿੱਤੀ ਜੋ ਕਿ ਹੁਣ ਬੀ ਐਨ ਐਸ ਅਧੀਨ 163 ਹੋ ਗਈ ਹੈ 163 ਦਫਾ ਇੱਥੇ ਲਾਗੂ ਕਰ ਦਿੱਤੀ ਗਈ ਸੀ ਜਦੋਂ ਕਿਸਾਨ ਲੀਡਰ ਅਮਰਜੀਤ ਸਿੰਘ ਮੋੜੀ ਜਸਵਿੰਦਰ ਸਿੰਘ ਲੌਂਗੋਵਾਲ ਤੇ ਰਣਜੀਤ ਸਿੰਘ ਦਾਣਾ ਮੰਡੀਵਾਲ ਵਧੇ ਤਾਂ ਉਹਨਾਂ ਸਮੇਤ 20 ਤੋਂ ਵੱਧ ਕਿਸਾਨ ਲੀਡਰਾਂ ਨੂੰ ਡਿਟੇਨ ਕਰ ਲਿਆ ਗਿਆ। ਉਸ ਤੋਂ ਬਾਅਦ ਕਿਸਾਨ ਲੀਡਰ ਸਰਵੰਤ ਸਿੰਘ ਪੰਦੇਰ ਅੰਬਾਲਾ ਹਿਸਾਰ ਹਾਈਵੇ ਦੇ ਜ਼ਰੀਏ ਅੱਗੇ ਵਧਣ ਦੀ ਕੋਸ਼ਿਸ਼ ਕਰਨ ਲੱਗੇ ਪਰ ਉਹਨਾਂ ਨੂੰ ਰੋਕ ਦਿੱਤਾ ਗਿਆ ਜਿਸ ਤੇ ਪੰਦੇਰ ਨੇ ਸਖਤ ਇਤਰਾਜ਼ ਜਤਾਇਆ ਕਿ ਅਸੀਂ ਤਾਂ ਸੰਵਿਧਾਨ ਦੇ ਵਿੱਚ ਜਿਹੜੀ ਆਮ ਲੋਕਾਂ ਨੂੰ ਇਜਾਜ਼ਤ ਮਿਲੀ ਹੋਈ ਹੈ ਉਸ ਦੇ ਤਹਿਤ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਉੱਥੇ ਆਪਣਾ ਇੱਕ ਜੇਤੂ ਮਾਰਚ ਕੱਢਣਾ ਚਾਹੁੰਦੇ ਸੀ ਉਹਦੇ ਵਿੱਚ ਸਰਕਾਰ ਨੂੰ ਆਖਿਰਕਾਰ ਸਮੱਸਿਆ ਕੀ ਸੀ ਉਹਨੂੰ ਸ਼ੰਭੂ ਬਾਰਡਰ ਤੇ ਲਿਆਉਣਾ ਸੀ ਜਿਹੜੇ ਕਹਿੰਦੇ ਆ ਕਿ ਇਸ ਮੁਲਕ ਦੇ ਵਿੱਚ ਪੀਸਫੁਲੀ ਪ੍ਰੋਟੈਸਟ ਕਰਨ ਦਾ ਅਧਿਕਾਰ ਆ ਕੋ ਮੰਡੀ 'ਚ ਇਕੱਠੇ ਹੋਣਾ ਕੋ ਮਸਲਾ ਨਹੀਂ ਹੈਗਾ। ਤੋਂ ਇਸ ਕਰਕੇ ਸੀਗਾ ਕਿ ਉੱਥੇ ਜਿਹੜੇ ਜਸਵਿੰਦਰ ਸਿੰਘ ਜੀ ਲੌਂਗੋਵਾਲ ਸਾਡੇ ਆਗੂ ਪਹੁੰਚੇ ਅਮਰਜੀਤ ਸਿੰਘ ਮੋੜੀ ਪਹੁੰਚਿਆ ਉਹਨਾਂ ਨੂੰ ਪੁਲਿਸ ਨੇ ਜਗਾਬਾ ਉਹ ਗ੍ਰਿਫਤਾਰ ਕਰ ਲਿਆ ਵਾ। ਤਾਂ ਤੁਸੀਂ ਦੇਖ ਲਓ ਵੀ ਹਰਿਆਣੇ ਦੀ ਸਰਕਾਰ ਕਿਵੇਂ ਜ਼ੁਲਮ ਕਰ ਰਹੀ ਹੈਗੀ ਕਿਸਾਨਾਂ ਮਜ਼ਦੂਰਾਂ ਤੇ। ਤੋਂ ਇਹ ਜ਼ੁਲਮ ਦਾ ਜਵਾਬ ਤਾਂ ਆਉਣ ਵਾਲੀਆਂ elections ਦੇ ਵਿੱਚ ਹਰਿਆਣੇ ਦੇ ਕਿਸਾਨ ਮਜ਼ਦੂਰ ਦੇਣਗੇ। ਜੇ ਸਰਕਾਰ ਨੂੰ ਲੱਗਦਾ ਵਾ ਵੀ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨਾ ਤੇ ਸਾਰਾ ਕੁਝ ਜਾਮ ਕਰਵਾਉਣਾ ਵਾ ਜੇ ਲੱਗਦਾ ਮੋਦੀ ਸਰਕਾਰ ਨੂੰ ਵੀ ਪੈਰਾਂ ਥੱਲੇ ਅੱਗ ਬਾਲਣੀ ਆ ਉਹ ਵੱਖਰੀ ਗੱਲ ਹੈਗੀ ਆ ਨਹੀਂ ਤਾਂ ਤੁਰੰਤ ਉਹਨਾਂ ਆਗੂਆਂ ਨੂੰ ਰਿਹਾ ਕੀਤਾ ਜਾਵੇ ਯਾਰ ਇਹ ਮੰਡੀ ਦੇ ਵਿੱਚ ਪੀਸਫੁਲੀ ਇਕੱਠੇ ਹੋ ਕੇ ਆਪਣੇ ਆਪੂ ਦਾ ਸਨਮਾਨ ਕਰਕੇ ਇਕੱਠੇ ਹੋ ਕੇ ਮੁੜ ਕੇ ਸ਼ੰਭੂ ਬਾਰਡਰ ਤੇ ਪਹੁੰਚਣ ਦਿੱਤਾ ਜਾਵੇ ਇੱਥੇ ਕੀ ਰੌਲਾ ਹੈਗਾ ਉਧਰ ਨਵਦੀਪ ਜਲਵੇੜਾ ਵੀ ਅੰਬਾਲਾ ਹਿਸਾਰ ਹਾਈਵੇ ਤੇ ਪਹੁੰਚ ਗਏ ਨਵਦੀਪ ਨੇ ਕਿਹਾ ਕਿ ਕਿਸਾਨਾਂ ਦੀ ਵਜ੍ਹਾ ਕਰਕੇ ਮੈਂ 4 ਮਹੀਨਿਆਂ ਦੇ ਅੰਦਰ ਜੇਲ੍ਹ ਚੋਂ ਵਾਪਸ ਆ ਗਿਆ ਨਹੀਂ ਤਾਂ ਮੇਰੇ ਤੇ 16 ਕੇਸ ਇਹਨਾਂ ਨੇ ਪਾ ਰੱਖੇ ਸੀ ਮੇਰਾ ਬਾਹਰ ਆਉਣਾ ਕੋਈ ਸੌਖਾ ਨਹੀਂ ਸੀ ਸਰਕਾਰ ਨੇ ਕਹਿੰਦੇ 2 ਸਾਲ ਦਾ ਇੰਤਜ਼ਾਮ ਕਰਕੇ ਮੈਨੂੰ ਭੇਜਿਆ ਸੀ ਮੈਂ ਪਰਿਵਾਰ ਵਾਲਿਆਂ ਨੂੰ ਵੀ ਕਹਿ ਦਿੱਤਾ ਸੀ ਕਿ ਰਿਹਾਈ ਲਈ ਕਿਸੇ ਦੇ ਤਰਲੇ ਨਹੀਂ ਕਰਨੇ ਹਰਿਆਣਾ ਸਰਕਾਰ ਵੀ ਚਾਹੁੰਦੀ ਸੀ ਕਿ ਨਵਦੀਪ ਨੂੰ ਚੋਣਾ ਤੱਕ ਅੰਦਰ ਹੀ ਰੱਖਿਆ ਜਾਵੇ ਪੜ ਪ੍ਰਦਰਸ਼ਨ ਵੀ ਨਿਕਾਰਨ ਦਿੰਦੀ ਸਾਨੂੰ ਧਮਕਾਇਆ ਜਾਂਦਾ ਹੈ ਕਿ ਤੁਹਾਡੇ ਪਾਸਪੋਰਟ ਰੱਦ ਕਰ ਦੇਾਂਗੇ ਪਰ ਅਸੀਂ ਇਹਨਾਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਾਂ ਨਵਦੀਪ ਨੇ ਕਿਹਾ ਕਿ ਜਿੰਨੇ ਕਿਸਾਨਾਂ ਨੂੰ ਫੜਿਆ ਹੈ ਅਸੀਂ ਸਾਰਿਆਂ ਨੂੰ ਰਿਹਾ ਕਰਵਾ ਕੇ ਹੀ ਰਹਿਾਂਗੇ ਇਹ ਚੈਲੰਜ ਨਵਦੀਪ ਨੇ ਕੀਤਾ ਸੀ ਹਾਲਾਂਕਿ ਆਖਿਰਕਾਰ ਸ਼ਾਮ ਤੱਕ ਦੋਵਾਂ ਧਿਰਾਂ 'ਚ ਸਹਿਮਤੀ ਬਣ ਗਈ ਸੀ ਵੇਖੋ ਇਸ ਕਰਕੇ ਵੀ ਕਿਵੇਂ ਪ੍ਰਸ਼ਾਸਨ ਦੇ ਦਮ ਤੇ ਹੈ ਨਾ ਵੀ ਦਬਾਇਆ ਜਾ ਰਿਹਾ ਹੈ ਨਾ ਜਿੱਦੋਂ ਇਹਨਾਂ ਦਾ ਜੀ ਕਰਦਾ ਉਹਨੂੰ ਅਰੈਸਟ ਕਰ ਲੈਂਦੇ ਪਿੰਡਾਂ ਚੋਂ ਕੱਢ ਗਏ ਨਾ ਕਦੇ ਧਮਕੀਆਂ ਦਿੰਦੇ ਤੁਹਾਡੇ ਪਾਸਪੋਰਟ ਰੱਦ ਕਰ ਦੇਣਗੇ ਤਾਂ ਉਸ ਤਾਕਦ ਵਾਸਤੇ ਦਿਖਾਉਣ ਵਾਸਤੇ ਵੀ ਸਾਰੇ ਲੋਕ ਅੰਮੜੀ ਦੀ ਸੰਗਤ ਦੇ ਨਾਲ ਨੇ ਸਾਰਾ ਹਰਿਆਣਾ ਪੰਜਾਬ ਲੜਦੇ ਲੋਕ ਸਾਡੇ ਨਾਲ ਨੇ ਤਾ ਕਰਕੇ ਅੱਜ ਇਹ ਧੰਨਵਾਦ ਪਹਿਲਾਂ ਤਾਂ ਐਸਪੀ ਖਰਾਬ ਸੀਗਾ ਪਰ ਮੇਰੀ ਰਿਹਾਈ ਕਰਕੇ ਧੰਨਵਾਦ ਪ੍ਰੋਗਰਾਮ ਰੱਖਿਆ ਜੀ ਇਹ ਵੀ ਸੰਭੂ ਬਾੜ ਦੇ ਜਾਵਾਂਗੇ ਪਰ ਉਹਨੇ ਤੇ ਵੀ ਉਹਨਾਂ ਨੇ ਅੜਿੱਕਾ ਪਾਇਆ ਤੇ ਹੁਣ ਜਿਹੜੇ ਵੀ ਫੈਸਲੇ ਕਿਸਾਨ ਆਗੂ ਲੈਣਗੇ ਉਹਨਾਂ ਦੇ ਫੁੱਲ ਚੜਾਉਂ ਅੰਬਾਲਾ ਦੀ ਦਾਣਾ ਮੰਡੀ ਵਿੱਚ ਜਾਣ ਅਤੇ ਪਹਿਲਾਂ ਹੀ ਕਿਸਾਨਾਂ ਨੂੰ ਰੋਕ ਕੇ ਉਹਨਾਂ ਨੂੰ ਹਿਰਾਸਤ ਵਿੱਚ ਲਈ ਜਾਣ ਤੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਵੀ ਪੜ ਕੇ ਉਹਨਾਂ ਦਾ ਵੀ ਤਿੱਖਾ ਬਿਆਨ ਸਾਹਮਣੇ ਆਇਆ ਡੱਲੇਵਾਲ ਨੇ ਕਿਹਾ ਕਿ ਜਾਣ ਬੁੱਝ ਕੇ ਸਰਕਾਰ ਸਾਨੂੰ ਰੋਕ ਰਹੀ ਹੈ ਤਾਂ ਕਿ ਹਾਈ ਕੋਰਟ 'ਚ ਕਹਿ ਸਕੇ ਕਿ ਕਿਸਾਨਾਂ ਨੇ ਮਾਹੌਲ ਖਰਾਬ ਕੀਤਾ ਸਾਡਾ ਕਹਿੰਦੇ ਅਜਿਹਾ ਕੋਈ ਪ੍ਰ परेशान कर रहे ने इस हालात के चलते पुलिस ने जितने भी किसान किसने भी हमारे नेता वहां गए हैं सभी को डिटेन करना शुरू कर लिया ये क्यों किया जा रहा है हालात को जानबूझकर हरियाणा गवर्नमेंट खराब करना चाह रही है माहौल को टेंस करना चाह रही है ताकि कल को हाई कोर्ट के अंदर वो ये कह, कह सके देखिए यहां पे आकर किसानों ने ये किया किसानों ने वो किया जबकि ऐसा कोई प्रोग्राम नहीं था हमारा न तो जब तक बॉर्डर नहीं खुलेंगे कल प्रेस कॉन्फ्रेंस में यह बात कही गई है कि जब बॉर्डर खुलेंगे तब दिल्ली की ओर हम कूच करेंगे तब तक किसी तरह का कोई ऐसा हमारा प्रोग्राम अभी तक बना नहीं तो यहां ये भी क्लियर कर दिया कि एसपी का गिराव नहीं है फिर भी हमारे वहाँ पे जो हमारे साथी आ रहे जिनको सूचना नहीं मिली वो आ रहे हैं और नवदीप को लेकर जान आने के लिए वहाँ कुछ हमारे किसान नेता गए हैं तो उनको डिटेन करना ਇਹ ਬਿਲਕੁਲ ਗਲਤ ਬਾਤ ਹੈ ਸੁਨਵਦੀਪ ਸਿੰਘ ਜਲਵੇੜਾ ਦੀ ਕਈ ਮਹੀਨਿਆਂ ਤੋਂ ਬਾਅਦ ਰਿਹਾਈ ਹੋਈ ਹੈ ਤੇ ਜਿੰਨਾ ਚਿਰ ਨਵਦੀਪ ਜਲਵੇੜਾ ਜੇਲ੍ਹ ਦੇ ਵਿੱਚ ਸੀ ਤਾਂ ਕੁਝ ਸਮਾਂ ਪਹਿਲਾਂ ਵੀ ਇਹ ਗੱਲਾਂ ਉੱਠੀਆਂ ਸਨ ਪਰਿਵਾਰ ਨੇ ਇਲਜ਼ਾਮ ਲਾਏ ਸੀ ਕਿ ਨਵਦੀਪ ਸਿੰਘ ਨੂੰ ਕਾਫੀ ਟਾਰਚਰ ਕੀਤਾ ਜਾਂਦਾ ਰਿਹਾ ਹੈ ਹੁਣ ਬਾਹਰ ਆ ਕੇ ਨਵਦੀਪ ਨੇ ਕੀ ਕੁਝ ਦੱਸਿਆ ਹੈ ਉਹ ਜ਼ਰੂਰ ਸੁਣ ਲਈਏ ਨਵਦੀਪ ਨੇ ਕਿਹਾ ਕਿ ਹਰਿਆਣਾ ਪੁਲਿਸ ਅਤੇ ਕੇਂਦਰੀ ਏਜੰਸੀਆਂ ਨੇ ਉਸਤੇ ਕਾਫੀ ਤਸ਼ੱਦਦ ਕੀਤਾ ਕਹਿੰਦੇ ਮੇਰੀ ਗ੍ਰਿਫਤਾਰੀ ਤੋਂ ਫੌਰਨ ਬਾਅਦ ਮੈਨੂੰ ਰਿਮਾਂਡ ਤੇ ਲਿਆ ਗਿਆ ਕਰੀਬ 45 ਮੁਲਾਜ਼ਮ ਮੌਜੂਦ ਸੀ ਰਿਮਾਂਡ ਦੌਰਾਨ ਸਾਰੇ ਮੁਲਾਜ਼ਮ ਕਹਿੰਦੇ ਬੇਰਹਿਮੀ ਦੇ ਨਾਲ ਪੇਸ਼ ਆਏ ਮੇਰੇ ਸਾਹਮਣੇ ਇੱਕ ਸਿੱਖ ਅਫਸਰ ਵੀ ਮੌਜੂਦ ਸੀ ਜਿਸ ਨੇ ਹੁਕਮ ਦਿੱਤਾ ਕਿ ਮੇਰੇ ਹੱਥ ਪੈਰ ਬੰਨ੍ਹ ਦਿੱਤੇ ਜਾਣ ਹੱਥ ਪੈਰ ਬੰਨ੍ਹਣ ਤੋਂ ਬਾਅਦ ਪੁਲਿਸ ਵਾਲਿਆਂ ਨੇ ਮੈਨੂੰ ਕੁੱਟਿਆ ਉਸ ਤੋਂ ਬਾਅਦ ਬੜੀ ਬੇਰਹਿਮੀ ਦੇ ਨਾਲ ਵਤੀਰਾ ਕੀਤਾ ਤੇ ਮੈਨੂੰ ਕਿਹਾ ਕਿ ਤੂੰ ਬੋਲਦਾ ਬਹੁਤ ਹੈ ਅਸੀਂ ਤੈਨੂੰ ਸਭ ਕੁਝ ਸਿਖਾਵਾਂਗੇ ਉਸ ਤੋਂ ਬਾਅਦ ਕਹਿੰਦੇ ਮੇਰਾ ਮੂੰਹ ਪਾਣੀ ਦੇ ਵਿੱਚ ਵੀ ਡੁਬੋਇਆ ਗਿਆ ਨਵਦੀਪ ਨੇ ਆਪਣੀ ਗ੍ਰਿਫਤਾਰੀ ਦੀ ਕਹਾਣੀ ਦੱਸਦਿਆਂ ਕਿ ਹਾਂ ਕਿ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਪੁਲਿਸ ਲੱਭ ਰਹੀ ਹੈ ਪੁਲਿਸ ਅੰਮ੍ਰਾਲਾ ਤੋਂ ਹੀ ਪਿੱਛੇ ਲੱਗੀ ਹੋਈ ਸੀ ਕਿਸਾਨ ਅੰਦੋਲਨ ਦੌਰਾਨ ਲੇ ਲਦਾਖ ਤੋਂ ਕੁਝ ਕਿਸਾਨ ਵਿਰੋਧ ਕਰਨ ਲਈ ਸਾਡੇ ਨਾਲ ਆਏ ਮੈਂ ਫਲਾਈਟ ਰਾਹੀਂ ਮੋਹਾਲੀ ਤੋਂ ਲੈ ਗਿਆ ਸੀ ਉੱਥੇ ਮੈਂ ਫੋਨ ਫੋਨ ਸੁਖ ਵਾਂਗਲੂ ਨੂੰ ਮਿਲਿਆ ਜੋ ਲੇ ਦੇ ਵਿੱਚ ਪ੍ਰਦਰਸ਼ਨ ਕਰ ਰਿਹਾ ਸੀ ਅਸੀਂ ਵੀ ਕਹਿੰਦੇ ਵਾਂਗਲੂ ਦੇ ਪ੍ਰਦਰਸ਼ਨ ਦਾ ਸਮਰਥਨ ਕੀਤਾ ਉਸ ਤੋਂ ਬਾਅਦ ਜਦੋਂ ਵਾਪਸ ਆਇਆ ਤਾਂ ਮੋਹਾਲੀ ਹਵਾਈ ਅੱਡੇ ਤੇ ਹੀ ਮੈਨੂੰ ਗ੍ਰਿਫਤਾਰ ਕਰ ਲਿਆ ਸੀ ਨਵਦੀਪ ਚਲਵੇੜਾ ਨੂੰ 4 ਮਹੀਨੇ ਬਾਅਦ ਪੰਜਾਬ ਰਾਣਾ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਹੈ ਤੇ ਰਾਤ ਰਿਹਾਈ ਹੋਈ ਹੈ ਜਿਸ ਤੋਂ ਬਾਅਦ ਕਿਸਾਨਾਂ ਨੇ ਜਿਹੜਾ 17 ਤੇ 18 ਜੁਲਾਈ ਨੂੰ ਅੰਬਾਲਾ ਦੇ ਵਿੱਚ ਡੀਸੀ ਦਫ਼ਤਰ ਘੇਰਨ ਦਾ ਪ੍ਰੋਗਰਾਮ ਐਲਾਨਿਆ ਸੀ ਉਸ ਨੂੰ ਤੁਰੰਤ ਜਗਜੀਤ ਸਿੰਘ ਡੱਲੇਵਾਲ ਨੇ ਮੁਅਤਲ ਕਰਨ ਦਾ ਐਲਾਨ ਕਰ ਦਿੱਤਾ ਸੀ ਹਾਲਾਂਕਿ ਫਿਰ ਬੁੱਧਵਾਰ ਸਵੇਰੇ-ਸਵੇਰੇ ਕਿਸਾਨਾਂ ਨੂੰ ਸੁਨੇਹੇ ਪਹੁੰਚਾਏਗੇ ਕਿ ਨਵਦੀਪ ਦੀ ਰਿਹਾਈ ਦੇ ਵਿੱਚ ਜੇਤੂ ਮਾਰਚ ਕੱਢਣ ਦੇ ਲਈ ਆਪਾਂ ਅੰਮ੍ਰਾਲਾ ਜ਼ਰੂਰ ਇਕੱਠੇ ਹੋਵਾਂਗੇ ਡੀਸੀ ਦਫ਼ਤਰ ਘੇਰਨ ਦੇ ਲਈ ਨਹੀਂ ਇਕੱਠੇ ਹੋਵਾਂਗੇ ਪਰ ਉਹਨਾਂ ਦਾ ਜਿਹੜਾ ਇਹ ਪਲਾਨ ਕਾਮਯਾਬ ਨਹੀਂ ਹੋ ਸਕਿਆ ਆਖਿਰਕਾਰ ਸ਼ੰਭੂ ਬਾਰਡਰ ਤੇ ਜਾ ਕੇ ਕਿਸਾਨਾਂ ਨੇ ਆਪਣੀ ਇਸ ਜਿਹੜੀ ਕਾਮਯਾਬੀ ਦਾ ਜਸ਼ਨ ਮਨਾਇਆ ਉਧਰ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਨੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤਿਹਰ ਦੀ ਬਰਨਾਲਾ ਰਿਹائش ਦੇ ਬਾਹਰ ਧਰਨਾ ਲਾਇਆ ਪ੍ਰਦਰਸ਼ਨ ਕਰਕੇ ਜਥੇਬੰਦੀ ਨੇ ਕੇਂਦਰ ਸਰਕਾਰ ਦੇ ਨਾਮ ਮੀਤਿਹਰ ਦੇ ਪ੍ਰਤੀਨਿਧੀ ਨੂੰ ਮੰਗ ਪੱਤਰ ਵੀ ਸੌਂਪਿਆ ਜਿਸ ਵਿੱਚ ਦਿੱਲੀ ਕਿਸਾਨ ਅੰਦੋਲਨਦਾਰਨ ਮੰਨੀਆਂ ਤੇ ਫੌਰੀ ਮੰਗਾਂ ਦੀ ਪੂਰਤੀ ਕਰਨ ਦੀ ਅਪੀਲ ਕੀਤੀ ਗਈ ਸੂਬਾ ਪ੍ਰਧਾਨ ਉਗਰਾਹਾਂ ਜੋਗਿੰਦਰ ਸਿੰਘ ਉਗਰਾਹਾਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਮੋਦੀ ਸਰਕਾਰ ਤੇ ਸੂਬਾ ਸਰਕਾਰਾਂ ਦੀਆਂ ਕਿਸਾਨ ਤੇ ਲੋਕ ਵਿਰੋਧੀ ਨੀਤੀਆਂ ਦੀ ਸਖਤ ਆਲੋਚਨਾ ਕੀਤੀ ਉਗਰਾਹ ਨੇ ਨਵੇਂ ਲਾਗੂ ਕੀਤੇ ਤਿੰਨੇ ਫੌਜਦਾਰੀ ਕਾਨੂੰਨ ਵਾਪਸ ਲੈਣ ਪਾਣੀ ਕੁਦਰਤੀ ਸਰੋਤਾਂ ਤੋਂ ਕਾਰਪੋਰੇਟ ਕੰਟਰੋਲ ਖਤਮ ਕਰਨ ਮਗਨਰੇਗਾ ਦਿਹਾੜੀ 600 ਕਰਨ ਅਤੇ ਸ਼ਹੀਦ ਕਿਸ਼ਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇਣ ਦੀ ਮੰਗ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਸ ਵਕਤ ਜਿਹੜੀ ਫੁੱਟ ਪਈ ਹੋਈ ਹੈ ਉਸ ਦਾ ਕੇਂਦਰ ਬਿੰਦੂ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਹੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੀ ਬਾਗੀ ਧੜੇ ਨੂੰ ਟੇਕ ਹੈ ਅਕਾਲੀਆਂ ਦਾ ਨਰਾਜ਼ ਧੜਾ ਜਿਹੜਾ ਹੈਗਾ ਉਹ ਪਿਛਲੇ ਦਿਨੀ ਮਾਫੀਨਾਮਾ ਲੈ ਕੇ ਅਕਾਲ ਤਖਤ ਸਾਹਿਬ ਵਿਖੇ ਪਹੁੰਚਿਆ ਸੀ ਮਾਫੀਨਾਮੇ ਦਿੱਤਾ ਹਾਲੇ ਜਥੇਦਾਰ ਸਹਿਬਾਨਾਂ ਦਾ ਕੋਈ ਫੈਸਲਾ ਨਹੀਂ ਆਇਆ ਪਰ ਜਿਹੜੀਆਂ ਸ਼ਿਕਾਇਤਾਂ ਉਹਨਾਂ ਨੇ ਸੁਖਬੀਰ ਬਾਦਲ ਦੀਆਂ ਲਾਈਆਂ ਸੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਨੇ ਸੁਖਬੀਰ ਬਾਦਲ ਨੂੰ ਤਲਬ ਕਰ ਲਿਆ ਸੁਖਬੀਰ ਬਾਦਲ ਨੇ ਵੀ ਬੜਾ ਨਿਮਾਣੇ ਸਿੱਖ ਦੇ ਵਜੋਂ ਪ੍ਰਤੀਕਰਮ ਦਿੱਤਾ ਹੈ ਕਿ ਮੈਂ ਇੱਕ ਨਿਮਾਣੇ ਸਿੱਖ ਦੇ ਵਜੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਾਵਾਂਗਾ ਕੀ ਉਹ ਲਿਖਤੀ ਸ਼ਿਕਰਨ ਆਪਣਾ ਲੈ ਕੇ ਜਾਣਗੇ ਆਪਣੇ ਨਾਲ ਨਿੱਜੀ ਤੌਰ ਤੇ ਤਾਂ ਜਾਣਗੇ ਇਹ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈ ਪਰ ਇਸ ਦਰਮਿਆਨ ਉਹਨਾਂ ਦਾ ਰਵੱਈਆ ਕੀ ਰਹੇਗਾ ਇਹ ਦੇਖਣਾ ਕਾਫੀ ਅਹਿਮ ਰਹੇਗਾ ਕਿ ਕੀ ਜਿਹੜੇ ਇਲਜ਼ਾਮ ਲੱਗੇ ਨੇ ਉਹਨਾਂ ਸਾਰੀਆਂ ਗਲਤੀਆਂ ਨੂੰ ਉਹ ਮੰਨਣਗੇ ਇਹ ਕਾਫੀ ਜਿਹੜੀਆਂ ਹੈਗੀਆਂ ਨੇ ਦੇਖਣ ਵਾਲੀਆਂ ਗੱਲਾਂ ਨੇ ਹਾਲਾਂਕਿ ਅੰਦਾਜ਼ਾ ਇਹੀ ਲਾਇਆ ਜਾ ਰਿਹਾ ਹੈ ਕਿ ਅਕਾਲੀ ਦਲ ਜਿਹੜਾ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਹੈ ਉਹ ਅਕਾਲ ਤਖਤ ਸਾਹਿਬ ਤੋਂ ਪੁੱਲ ਬਖਸ਼ਾਉਣ ਦੇ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ ਕਿਉਂਕਿ ਇੱਕ ਆਪਣੇ ਵੱਲੋਂ ਆਪਣੇ ਮਨੋਂ ਦੇ ਮਨੋਂ ਬਣਾਈ ਜਿਹੜੀ ਜਿਹੜਾ ਪਛਤਾਪ ਹੈ ਉਹ ਤਾਂ ਉਹ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦਿਆਂ ਹੀ ਕਰ ਚੁੱਕੇ ਨੇ ਸਾਰਾ ਪਰਿਵਾਰ ਕਰ ਚੁੱਕਿਆ ਆਪਣੇ ਆਪ ਆਪਣੇ ਆਪ ਨੂੰ ਸੇਵਾ ਲਾ ਲਈ ਸੀ ਤੇ ਹੁਣ ਜੇ ਸ਼੍ਰੀ ਕਾਲਤਾਖਬ ਸਾਹਿਬ ਦੇ ਵੱਲੋਂ ਸੇਵਾ ਲੱਗਦੀ ਹੈ ਤਾਂ ਸ਼ਾਇਦ ਪਰਿਵਾਰ ਨੂੰ ਕਬੂਲ ਕਰਨ ਦੇ ਵਿੱਚ ਕੋਈ ਇਤਰਾਜ਼ ਨਹੀਂ ਹੈ ਜਿਸ ਹਾਲਤ ਤੇ ਪਾਰਟੀ ਪਹੁੰਚ ਚੁੱਕੀ ਹੈ ਤੇ ਸਲਾਹਕਾਰ ਵੀ ਹੁਣ ਕੁਝ ਇਹੋ ਜਿਹੇ ਪੰਥਕ ਰੱਖੇ ਜਾ ਰਹੇ ਨੇ ਜਿਹੜੇ ਇਹੋ ਜੀਆਂ ਸਲਾਹਾਂ ਦੇ ਰਹੇ ਨੇ ਕਿ ਤੁਹਾਨੂੰ ਜੇ ਪੰਜਾਬ ਦੇ ਵਿੱਚ ਤੁਸੀਂ ਰਿਵਾਈਵ ਕਰਨਾ ਹੈ ਤਾਂ ਤੁਹਾਨੂੰ ਇਸ ਲਈ ਤੇ ਆਉਣਾ ਹੀ ਪਵੇਗਾ ਸੋ ਨਰਾਜ਼ ਅਕਾਲੀ ਲੀਡਰ ਨੇ ਜਿਹੜੇ ਉਹਨਾਂ ਦੇ ਵਿੱਚੋਂ ਇੱਕ ਗੁਰਪ੍ਰਤਾਪ ਸਿੰਘ ਵਡਾਲਾ ਬੁੱਧਵਾਰ ਨੂੰ ਫੇਰ ਸਚਖੰਡ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ ਕਿਉਂਕਿ ਬਾਗੀ ਧੜੇ ਨੇ ਪਿਛਲੇ ਦਿਨੀ ਸੁਧਾਰ ਲਹਿਰ ਅਕਾਲੀ ਦਲ ਸੁਧਾਰ ਲਹਿਰ ਦਾ ਐਲਾਨ ਕਰਕੇ ਉਸ ਲਹਿਰ ਦਾ ਕਨਵੀਨਰ ਵੀ ਵਡਾਲਾ ਨੂੰ ਚੁਣਿਆ ਹੈ ਵਡਾਲਾ ਨੇ ਮੱਥਾ ਟੇਕਣ ਤੋਂ ਬਾਅਦ ਸਪਸ਼ਟ ਕੀਤਾ ਕਿ ਅਕਾਲੀ ਦਲ ਦੇ ਬਾਗੀ ਧੜੇ ਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਸੁਧਾਰ ਲਹਿਰ ਸ਼ੁਰੂ ਕੀਤੀ ਹੈ ਪਰ ਕਹਿੰਦੇ ਅਗਲੇ ਵੱਡੇ ਪ੍ਰੋਗਰਾਮ ਤੋਂ ਪਹਿਲਾਂ ਅਸੀਂ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਫੈਸਲੇ ਦੀ ਉਡੀਕ ਕਰਾਂਗੇ ਯਾਨੀ ਕਿ ਇਹ ਸੁਧਾਰ ਲਹਿਰ ਤਾਂ ਬਣ ਗਈ ਹੈ ਪਰ ਇਹਦਾ ਜਿਹੜਾ ਕੋਈ ਵੱਡਾ ਐਕਸ਼ਨ ਹੈ ਉਹ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਫੈਸਲੇ ਦੀ ਉਡੀਕ ਤੋਂ ਬਾਅਦ ਹੀ ਕੋਈ ਕਰਨਗੇ ਵਡਾਲਾ ਨੇ ਕਿਹਾ ਕਿ ਅਸੀਂ ਅਕਾਲੀ ਦਲ ਸੁਧਾਰ ਲਹਿਰ ਚਲਾਉਣ ਜਾ ਰਹੇ ਹਾਂ ਇਸ ਕਰਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣ ਦੇ ਲਈ ਅਰਦਾਸ ਕੀਤੀ ਹੈ ਸਾਰੇ ਪੰਜਾਬੀਆਂ ਸਾਰੀਆਂ ਸਿੱਖ ਸੰਪਰਦਾਵਾਂ ਨੂੰ ਇਸ ਅਕਾਲੀ ਦਲ ਸੁਧਾਰ ਲਹਿਰ ਦੇ ਵਿੱਚ ਸ਼ਾਮਿਲ ਕਰਵਾਇਆ ਜਾਊਗਾ 103 ਸਾਲ ਪੁਰਾਣਾ ਅਕਾਲੀ ਦਲ ਕਹਿੰਦੇ ਸਿੱਖਾਂ ਦਾ ਪ੍ਰਤੀਨਿਧੀ ਸਮੂਹ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਧਾਰਮਿਕ ਸਮੂਹ ਹੈ ਤੇ ਇਹ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ ਇਹਨਾਂ ਜਥਿਆਂ ਨੂੰ ਸੰਗਤ ਦਾ ਭਰਪੂਰ ਸਹਿਯੋਗ ਮਿਲਣਾ ਚਾਹੀਦਾ ਇਹਦਾ ਅਤੀਤ ਵਿੱਚ ਕੀਤੀਆਂ ਗਈਆਂ ਗਲਤੀਆਂ ਤੋਂ ਪਛਤਾਵਾ ਕਰਨ ਤੇ ਸੁਧਾਰ ਕਰਨ ਦੀ ਲੋੜ ਹੈ ਵਡਾਲਾ ਨੇ ਕਿਹਾ ਕਿ ਸਾਡੇ ਵੱਲੋਂ ਚਲਾਈ ਜਾ ਰਹੀ ਸੁਧਾਰ ਲਹਿਰ ਕਿਸੇ ਇੱਕ ਵਿਅਕਤੀ ਦੇ ਖਿਲਾਫ ਨਹੀਂ ਹੈ ਇਹ ਲਹਿਰ ਬੀਤੇ ਸਮੇਂ ਜੋ ਗਲਤੀਆਂ ਹੋਈਆਂ ਉਸ ਦੇ ਖਿਲਾਫ ਚਲਾਈ ਜਾ ਰਹੀ ਹੈ ਝੂਂਦਾ ਕਮੇਟੀ ਦੀ ਰਿਪੋਰਟ ਦਾ ਜ਼ਿਕਰ ਕਰਦੇ ਹੋਣਾ ਕਿ ਹਾਂ ਕਿ ਰਿਪੋਰਟ ਚ ਸਾਫ਼ ਲਿਖਿਆ ਕਿ ਜੇ ਕੋਈ ਗਲਤੀ ਕਰਦਾ ਹੈ ਤਾਂ ਉਹ ਸ਼੍ਰੀ ਅਕਾਲ ਤਖਤ ਜਾ ਕੇ ਮਾਫੀ ਮੰਗੇ ਇਸ ਮੌਕੇ ਵਡਾਲਾ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਵੀ ਸਜ਼ਾ ਸੁਣਾਈ ਜਾਵੇਗੀ ਉਹ ਸਾਰਿਆਂ ਨੂੰ ਪਰਵਾਨ ਹੋਵੇਗੀ ਸੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਕੀ ਫੈਸਲਾ ਲਿਆ ਜਾਊਗਾ ਸੁਖਵੀਰ ਬਾਦਲ ਵੱਲੋਂ ਚਿੱਠੀ ਸੌਂਪੇ ਜਾਣ ਤੋਂ ਬਾਅਦ ਤੇ ਸੁਖਵੀਰ ਬਾਦਲ ਪਹੁੰਚਦੇ ਕਦੋਂ ਨੇ ਇਹ ਸਾਰੇ ਹਲੇ ਭੁਵਿੱਖ ਦੇ ਸਵਾਲ ਨੇ ਭਾਰਤੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਝਟਕਾ ਦਿੱਤਾ ਹੈ ਬਰੀਫ ਦੇ ਵਿੱਚ ਖਬਰ ਇਹ ਹੈ ਕਿ ਪੰਜਾਬ ਸਰਕਾਰ ਨੇ ਜਿਹੜੀ ਚਿੱਠੀ ਭੇਜੀ ਸੀ ਰਾਸ਼ਟਰਪਤੀ ਨੂੰ ਇੱਕ ਬਿੱਲ ਦੇ ਰੂਪ ਦੇ ਵਿੱਚ ਮਤਾ ਪਾਸ ਕਰਕੇ ਜਿਹੜਾ ਭੇਜਿਆ ਸੀ ਜਿਹੜਾ ਕਿ ਰਾਜਪਾਲ ਦੀਆਂ ਸ਼ਕਤੀਆਂ ਘਟਾ ਕੇ ਮੁੱਖ ਮੰਤਰੀ ਦੀਆਂ ਸ਼ਕਤੀਆਂ ਨੂੰ ਵਧਾਉਣ ਵਾਲਾ ਸੀ ਉਸ ਨੂੰ ਰਾਸ਼ਟਰਪਤੀ ਨੇ ਨਾਮਨਜ਼ੂਰ ਕਰ ਦਿੱਤਾ ਯਾਨੀ ਕਿ ਰਾਸ਼ਟਰਪਤੀ ਰਾਜਪਾਲ ਦੇ ਕੋਲ ਜਿਹੜੇ ਅਧਿਕਾਰ ਹੁੰਦੇ ਸੀ ਉਹਨਾਂ ਦੇ ਕੋਲ ਹੀ ਰਹਿਣਗੇ ਉਹਨਾਂ ਦੇ ਅਧਿਕਾਰ ਮੁੱਖ ਮੰਤਰੀ ਦੇ ਕੋਲ ट्रांसफर ਨਹੀਂ ਹੋਣਗੇ ਇਸ ਬਿੱਲ ਨੂੰ ਪੰਜਾਬ ਵਿਧਾਨ ਸਭਾ ਨੇ 2023 ਦੇ ਵਿੱਚ ਪਾਸ ਕਰਕੇ ਰਾਜਪਾਲ ਨੂੰ ਭੇਜਿਆ ਸੀ ਤੇ ਰਾਜਪਾਲ ਨੇ ਪ੍ਰਕਿਰਿਆ ਦੇ ਮੁਤਾਬਿਕ ਅੰਗੇ ਰਾਸ਼ਟਰਪਤੀ ਨੂੰ ਭੇਜਿਆ ਸੀ ਪੰਜਾਬ ਯੂਨੀਵਰਸਿਟੀ ਕਾਨੂੰਨ ਸੋਧ ਬਿੱਲ 2023 ਇਸ ਦਾ ਨਾਮ ਸੀ ਪਰ ਰਾਸ਼ਟਰਪਤੀ ਨੇ ਇਸ ਨੂੰ ਬੇਰੰਗ ਵਾਪਸ ਮੋੜ ਦਿੱਤਾ ਹੈ ਇਹ ਬਿੱਲ ਪਿਛਲੇ ਸਾਲ 21 ਜੂਨ ਨੂੰ ਸਰਬਸੰਮਤੀ ਦੇ ਨਾਲ ਪਾਸ ਕੀਤਾ ਗਿਆ ਸੀ ਬਿੱਲ ਤਹਿਤ ਸੂਬੇ ਦੀਆਂ ਸਾਰੀਆਂ 12 ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਦੀ ਸ਼ਕਤੀ ਰਾਜਪਾਲ ਤੋਂ ਲੈ ਕੇ ਮੁੱਖ ਮੰਤਰੀ ਨੂੰ ਦਿੱਤੀ ਜਾਣੀ ਸੀ ਤੇ ਹੁਣ ਬਿੱਲ ਵਾਪਸ ਲੈ ਜਾਣ ਤੋਂ ਬਾਅਦ ਰਾਜਪਾਲ ਹੀ ਸੂਬੇ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਬਣੇ ਰਹਿਣਗੇ ਪੰਜਾਬ ਖੇਤੀਬੜ ਯੂਨੀਵਰਸਿਟੀ ਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰਾਂ ਦੀ ਨਿਯੁਕਤੀ ਨੂੰ ਲੈ ਕੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਤੇ ਮੁੱਖ ਮੰਤਰੀ ਭਗਵੰਤ ਮਾਨ ਆਮੋ ਸਾਹਮਣੇ ਹੋਗੇ ਸਨ ਰਾਜਪਾਲ ਨੇ ਮੁੱਖ ਮੰਤਰੀ ਵੱਲੋਂ ਭੇਜੇਗੇ ਨਾਮ ਵੀ ਵਾਪਸ ਕਰ ਦਿੱਤੇ ਸਨ ਜਿਸ ਤੋਂ ਬਾਅਦ ਮਾਨ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਸੋਧ ਬਿੱਲ ਪੇਸ਼ ਕਰਕੇ ਵੀਸੀ ਦਾ ਅਹੁਦਾ ਆਪਣੇ ਕੋਲ ਰੱਖਣ ਦਾ ਬਿੱਲ ਵਿਧਾਨ ਸਭਾ ਦੇ ਵਿੱਚ ਪਾਸ ਕਰਵਾਇਆ ਸੀ ਪਰ ਉਸ ਦਾ ਕੋਈ ਫਾਇਦਾ ਨਹੀਂ ਹੋਇਆ ਪੰਜਾਬ ਦੇ ਰਾਜਪਾਲ ਨੇ ਭਾਰਤੀ ਸੰਵਿਧਾਨ ਦੀ ਧਾਰਾ 200 ਤਹਿਤ ਪੰਜਾਬ ਅਸੈਂਬਲੀ ਦੇ ਵੱਲੋਂ ਪਾਸ ਕੀਤੇ ਗਏ ਤਿੰਨ ਬਿੱਲ ਭਾਰਤ ਦੇ ਰਾਸ਼ਟਰਪਤੀ ਕੋਲ ਭੇਜੇ ਸਨ ਪੰਜਾਬ ਯੂਨੀਵਰਸਿਟੀ ਕਾਨੂੰਨ ਸੋਧ ਬਿੱਲ 2023 ਤੋਂ ਇਲਾਵਾ ਪੰਜਾਬ ਪੁਲਿਸ ਸੋਧ ਬਿੱਲ ਤੇ ਸਿੱਖ ਗੁਰਦੁਆਰਾ ਸੋਧ ਬਿੱਲ ਰਾਸ਼ਟਰਪਤੀ ਨੂੰ ਭੇਜੇ ਗਏ ਸਨ ਇੱਕ ਤਾਂ ਖਾਰਜ ਹੋ ਚੁੱਕਿਆ ਹੈ ਨਾ ਮਨਜ਼ੂਰ ਹੋ ਚੁੱਕਿਆ ਹੈ ਦੂਸਰਿਆਂ ਤੇ ਹਲੇ ਰਾਸ਼ਟਰਪਤੀ ਨੇ ਫੈਸਲਾ ਲੈਣਾ ਹੈ ਦਰਅਸਲ ਲੰਬੇ ਸਮੇਂ ਤੋਂ ਬਿੱਲ ਲਟਕ ਕੇ ਹੋਣ ਦੀ ਵਜ੍ਹਾ ਕਰਕੇ ਪੰਜਾਬ ਸਰਕਾਰ ਸੁਪਰੀਮ ਕੋਰਟ ਪਹੁੰਚੀ ਸੀ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਰਾਜਪਾਲ ਨੂੰ ਬਿੱਲਾਂ ਤੇ ਛੇਤੀ ਸਾਫ ਹੈ ਕਿ ਰਾਸ਼ਟਰਪਤੀ ਵੱਲੋਂ ਜਿਸ ਤਰ੍ਹਾਂ ਨਾਲ ਪੰਜਾਬ ਯੂਨੀਵਰਸਿਟੀ ਕਾਨੂੰਨ ਸੋਧ ਬਿਲ 2023 ਵਾਪਸ ਮੋੜਿਆ ਹੈ ਉਸ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਸੀਐਮ ਮਾਨ ਤੇ ਰਾਜਪਾਲ ਦੇ ਵਿੱਚ ਤਲਖੀ ਵਧ ਸਕਦੀ ਹੈ ਉਧਰ ਬੀਜੇਪੀ ਦੇ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਮਾਨ ਸਰਕਾਰ ਨੂੰ ਰਾਜਪਾਲ ਦੇ ਨਾਲ ਮਿਲ ਕੇ ਕੰਮ ਕਰਨ ਦੀ ਨਸੀਹਤ ਵੀ ਦੇ ਦਿੱਤੀ ਸ਼ਾਨਨ ਪ੍ਰੋਜੈਕਟ ਤੇ ਹਿਮਾਚਲ ਅਤੇ ਪੰਜਾਬ ਆਮੋ ਸਾਹਮਣੇ ਹੋ ਗਏ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਸ਼ਾਨਨ ਪ੍ਰੋਜੈਕਟ ਹਿਮਾਚਲ ਨੂੰ ਦੇਣ ਦੀ ਮੰਗ ਕੀਤੀ ਹੈ ਸੇਮ ਸੁਖੂ ਨੇ ਕਿਹਾ ਕਿ ਸ਼ਾਨਨ ਪ੍ਰੋਜੈਕਟ हिमाचल प्रदेश ਵਿੱਚ ਹੈ ਪਰ ਇਸਤੇ ਕੰਟਰੋਲ ਪੰਜਾਬ ਸਰਕਾਰ ਦਾ ਹੈ 100 ਸਾਲ ਦੀ ਲੀਜ਼ ਤੇ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਸੀ ਸਮਾਂ ਪੂਰਾ ਹੋ ਚੁੱਕਿਆ ਹੈ ਸ਼ਾਨਨ ਪ੍ਰੋਜੈਕਟ ਦਾ ਸਮਝੌਤਾ ਭਾਰਤ ਦੀ ਵੰਡ ਤੋਂ ਪਹਿਲਾਂ ਹੋਇਆ ਸੀ ਤੇ ਪਿਛਲੇ ਲੰਬੇ ਸਮੇਂ ਤੋਂ ਹਿਮਾਚਲ ਸਰਕਾਰ ਇਸ ਨੂੰ ਆਪਣੇ ਕੰਟਰੋਲ ਹੇਠ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਦੂਸਰੇ ਪਾਸੇ ਪੰਜਾਬ ਸਰਕਾਰ ਵੀ ਇਸ ਪ੍ਰੋਜੈਕਟ ਨੂੰ ਲੈ ਕੇ ਸੁਪਰੀਮ ਕੋਰਟ ਪਹੁੰਚੀ ਹੋਈ ਹੈ ਉਧਰ ਸੁਖੂ ਨੇ ਸੁਖਵਿੰਦਰ ਸੁਖੂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਹਿਮਾਚਲ ਨੂੰ ਲੰਬੇ ਸਮੇਂ ਤੋਂ ਬਕਾਇਆ ਰਾਸ਼ੀ ਦਾ ਭੁਗਤਾਨ ਨਹੀਂ ਕੀਤਾ हिमाचल ਦਾ बीबीएमबी ਦੇ ਕੋਲ 4000 ਕਰੋੜ ਰੁਪਏ ਤੋਂ ਵੱਧ ਦਾ ਬਕਾਇਆ ਖੜਾ ਹੈ ਤੇ ਸੁਪਰੀਮ ਕੋਰਟ ਦੇ ਹੁਕਮਾਂ ਦੇ باوجود ਇਸ ਦੀ ਅਦਾਇਗੀ ਨਹੀਂ ਕੀਤੀ ਗਈ ਸੋ ਦੋਵੇਂ ਸੂਬੇ ਇਸ ਪ੍ਰੋਜੈਕਟ ਤੇ ਆਮੋ ਸਾਹਮਣੇ ਹੋ ਗਏ ਨੇ ਹੁਣ ਸੁਪਰੀਮ ਕੋਰਟ ਨੇ ਜਾਂ ਫਿਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਸਲੇ ਦੇ ਵਿੱਚ ਕੀ ਅੱਗੇ ਕਰਨਾ ਹੈ ਉਹ ਹਲੇ ਭਵਿੱਖ ਦਾ ਸਵਾਲ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਕਿ ਤੁਹਾਡੇ ਤੇ ਜੁਰਮਾਨਾ ਕਿਉਂ ਨਾ ਲਾਇਆ ਜਾਵੇ। ਦਰਅਸਲ ਪਠਾਨਕੋਟ ਦੀ ਸਬ ਜੇਲ ਦੀ ਮਾੜੀ ਹਾਲਤ ਅਤੇ ਜੇਲ ਦੀ ਬੈਰਕ ਤੇ ਪਖਾਨਿਆਂ ਦੀ ਮਾੜੀ ਹਾਲਤ ਨੂੰ ਸੁਧਾਰਨ ਦੇ ਲਈ ਹਾਈ ਕੋਰਟ ਨੇ 2 ਮਹੀਨੇ ਪਹਿਲਾਂ ਹੁਕਮ ਦਿੱਤੇ ਸੀ ਪਰ ਸੁਧਾਰ ਕੋਈ ਨਹੀਂ ਹੋਇਆ ਹਾਲੇ ਤੱਕ 2 ਮਹੀਨੇ ਬਾਅਦ ਤੱਕ ਵੀ ਜੇਲ ਦੀਆਂ ਕੰਧਾਂ ਤੇ ਨਮੀ ਅਤੇ ਬਦਬੂ ਹਾਲੇ ਤੱਕ ਬਰਕਰਾਰ ਹੈ। ਅਦਾਲਤ ਦੇ ਵਿੱਚ ਕੁਝ ਤਸਵੀਰਾਂ ਵੀ ਦਿਖਾਈਆਂ ਗਈਆਂ। ਪਠਾਨਕੋਟ ਜੇਲ ਦੇ ਸੁਪਰਡੈਂਟ ਨੇ ਹਾਲਾਂਕਿ ਕਿਹਾ ਕਿ ਫੰਡਾਂ ਦੀ ਘਾਟ ਕਰਕੇ ਮੁਰੰਮਤ ਨਹੀਂ ਹੋ ਸਕੀ ਪਰ ਇਹ ਸਾਰਾ ਕੁਝ ਦੇਖ ਕੇ ਹਾਈ ਕੋਰਟ ਨੇ ਸੁਪਰਡੈਂਟ ਨੂੰ ਫਟਕਾਰ ਲਾਉਂਦੇ ਆ ਕਿਹਾ ਕਿ ਬਹਾਨੇਬਾਜ਼ੀ ਨਹੀਂ ਚੱਲੇਗੀ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਹੁਣ ਮੌਨਸੂਨ ਤੋਂ ਪਹਿਲਾਂ-ਪਹਿਲਾਂ ਮੁਰੰਮਤ ਦੇ ਸਾਰੇ ਸਾਰੇ ਕੰਮ ਮੁਕੰਮਲ ਕਰਨ ਦੇ ਹੁਕਮ ਦਿੱਤੇ ਨੇ ਅਦਾਲਤ ਨੇ ਇਹ ਵੀ ਕਿਹਾ ਕਿ ਕੈਦੀਆਂ ਨੂੰ ਰਹਿਣ ਦਾ ਮਾਹੌਲ ਦਿੱਤਾ ਜਾਵੇ ਆਖਿਰਕਾਰ ਉਹ ਵੀ ਇਨਸਾਨ ਨੇ ਪਰ ਹੁਣ ਪੰਜਾਬੀ ਗਾਇਕੋ ਸੁਖਦੀਪ ਸਿੰਘ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਮੁਲਜ਼ਮਾਂ ਨੂੰ ਫਰਾਰ ਕਰਵਾਉਣ ਵਾਲੇ ਬਰਖਾਸਤ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਦੀ ਜ਼ਮਾਨਤ ਪਟੀਸ਼ਨ ਪੰਜਾਬ ਰੈਣਾ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ ਉਸ ਨੇ ਗੈਂਗਸਟਰ ਦੀਪਕ ਉਰਫ ਟੀਨੂ ਨੂੰ ਹਿਰਾਸਤ ਚੋਂ ਪੁਜਾ ਹੌਣ ਵਿੱਚ ਮਦਦ ਕੀਤੀ ਸੀ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਹਰਸਿਮਰਨ ਸਿੰਘ ਸੇਠੀ ਨੇ ਕਿਹਾ ਕਿ ਜੇ ਜ਼ਮਾਨਤ ਕਿਸੇ ਹੋਰ ਮਾਮਲੇ 'ਚ ਹੁੰਦੀ ਤਾਂ ਵਿਚਾਰ ਕਰ ਸਕਦੇ ਸੀ ਪਰ ਪ੍ਰਿਤਪਾਲ ਸਿੰਘ ਨੇ ਤਾਂ ਵਰਦੀ ਪਾ ਕੇ ਕਾਨੂੰਨ ਦੀ ਉਲੰਘਣਾ ਕੀਤੀ ਜਾਂਚ ਸੰਸਥਾ ਦੇ ਰੂਪ 'ਚ ਪੁਲਿਸ ਤੇ ਲੋਕਾਂ ਦਾ ਭਰੋਸਾ ਕਾਇਮ ਰਹੇ ਇਸ ਲਈ ਪ੍ਰਿਤਪਾਲ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ਜਸਟਿਸ ਸੇਠੀ ਨੇ ਕਿਹਾ ਕਿ ਜਿਹੜੇ ਰਿਕਾਰਡ ਦੇ ਤੌਰ ਤੇ ਸੀਸੀਟੀਵੀ ਪੇਸ਼ ਕੀਤੇ ਗਏ ਨੇ ਉਹਨਾਂ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਪ੍ਰਤਪਾਲ ਸਿੰਘ ਨੇ ਆਪਣੀ ਨਿੱਜੀ ਕਾਰ ਵਿੱਚ ਅੰਡਰ ਟ੍ਰਾਇਲ ਗੈਂਗਸਟਰ ਨੂੰ ਥਾਣੇ ਤੋਂ ਬਿਠਾਇਆ ਤੇ ਫਿਰ ਉਸ ਨੂੰ ਰਹਾਇਸ਼ੀ ਕੁਆਟਰ ਲਿਜਾਇਆ ਗਿਆ ਜਿੱਥੇ ਉਸ ਨੂੰ ਪੁਲਿਸ ਹਿਰਾਸਤ ਚੋਂ ਭਜਾਇਆ ਗਿਆ ਐਨਾ ਹੀ ਨਹੀਂ ਕਹਿੰਦੇ ਪ੍ਰਿਤਪਾਲ ਸਿੰਘ ਦੇ ਘਰੋਂ ਗੈਰ ਕਾਨੂੰਨੀ ਹਥਿਆਰ ਵੀ ਪੁਲਿਸ ਨੇ ਬਰਾਮਦ ਕੀਤੇ ਜੋ ਕਿ ਉਹ ਨਹੀਂ ਰੱਖ ਸਕਦਾ ਸਾਫ ਹੈ ਕਿ ਪ੍ਰਿਤਪਾਲ ਸਿੰਘ ਕਿਸ ਤਰ੍ਹਾਂ ਦਾ ਵਿਅਕਤੀ ਹੈ ਉਸ ਦਾ ਆਪਣੇ ਸਾਥੀ ਮੁਲਾਜ਼ਮਾਂ ਨਾਲ ਕਿਸ ਤਰ੍ਹਾਂ ਦਾ ਸੰਬੰਧ ਸੀ ਇਸ ਕਰਕੇ ਜ਼ਮਾਨਤ ਦੇਣ ਦਾ ਕੋਈ ਮਤਲਬ ਨਹੀਂ ਬਣਦਾ ਜਲੰਧਰ ਪੱਛਮੀ ਦੀ ਜ਼ਿਮਨੀ ਟੋਨ ਜਿਤਨ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਹਿੰਦਰ ਭਗਤ ਨੇ ਆਪਣੇ ਅਹੁਦੇ ਦੀ ਸੌਂ ਚੁੱਕ ਲਈ ਹੈ ਵਿਧਾਨ ਸਭਾ ਦੇ ਸਪੀਕਰ ਕੁਲਤਾਬ ਸਿੰਘ ਸੰਧਵਾ ਨੇ ਉਹਨਾਂ ਨੂੰ ਆਪਣੇ ਚੈਂਬਰ ਦੇ ਵਿੱਚ ਐਮਐਲਏ ਦੀ ਸੌਂ ਚੁੱਕਵਾਈ ਇਸ ਮੁੱਖ ਮੰਤਰੀ ਭਗਵੰਤ ਮਾਨ ਵੀ ਹਾਜ਼ਰ ਰਹੇ ਜਿਨ੍ਹਾਂ ਨੇ ਭਗਵੰਤ ਭਗਤ ਦਾ ਮੂੰਹ ਮਿੱਠਾ ਮਠਿਆਈ ਖਵਾ ਕੇ ਕਰਵਾਇਆ ਵਿਧਾਇਕ ਭਗਤ ਸਿੰਘ ਦਾ ਪਰਿਵਾਰ ਵੀ ਇਸ ਮੌਕੇ ਹਾਜ਼ਰ ਸੀ ਸਪੀਕਰ ਨਿਮੇਂਦਰ ਭਗਤ ਨੂੰ ਵਿਧਾਨ ਸਭਾ ਨਾਲ ਜੁੜੀਆਂ ਜੁੜਿਆ ਜ਼ਰੂਰੀ ਸਮਾਨ ਵੀ ਦਿੱਤਾ ਇਥੇ ਇਹ ਗੱਲ ਖਾਸ ਧਿਆਨ ਦੇਣ ਯੋਗ ਹੈ ਕਿ 13 ਜੁਲਾਈ ਨੂੰ ਜਿਮਨੀ ਚੋਣ ਨਤੀਜਿਆਂ ਤੋਂ ਬਾਅਦ ਪਹਿਲੀ ਵਾਰੀ ਮੁੱਖ ਮੰਤਰੀ ਭਗਵੰਤ ਮਾਨ ਨਜ਼ਰ ਆਏ ਨੇ ਹਾਲਾਂਕਿ VOTING ਦੌਰਾਨ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਮੈਂ 2 ਦਿਨ ਜਲੰਧਰ ਹਲਕੇ ਦੇ ਵਿੱਚ ਹੀ ਰਹਾਗਾ ਉੱਥੇ ਉਹਨਾਂ ਨੇ ਕਿਰਾਏ ਤੇ ਮਕਾਨ ਲਿਆ ਹੋਇਆ ਯਾਨੀ ਕਿ ਹਫ਼ਤੇ 'ਚ 2 ਦਿਨ ਉੱਥੇ ਰਿਹਾ ਕਰਨਗੇ ਸੀਮਾਨ ਦੀ ਗੈਰ ਹਾਜ਼ਰੀ ਨੂੰ ਲੈ ਕੇ ਵੀ ਲਗਾਤਾਰ ਸਵਾਲ ਉੱਠ ਰਹੇ ਨੇ ਹਾਲਾਂਕਿ ਪ੍ਰਤੀਕਰਮ ਛੋਟਾ ਜਾਂ ਜ਼ਰੂਰ ਆਇਆ ਸੀ ਕਿ ਨਿੱਜੀ ਰੁਝੇਵਿਆਂ ਦੇ ਕਰਕੇ ਉਹ ਨਹੀਂ ਦਿਖਾਈ ਦੇ ਰਹੇ ਸੋ ਮਹਿੰਦਰਪਖਤ ਨੇ MLA ਵਜੋਂ ਤਾਂ ਸੌ ਚੱਕ ਲਈ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਉਹ ਕੈਬਨਟ ਮੰਤਰੀ ਵਜੋਂ ਵੀ ਸੌਂ ਚੁੱਕ ਸਕਦੇ ਨੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਲਗਾਤਾਰ ਜਲੰਧਰ ਵਾਲਿਆਂ ਦੇ ਨਾਲ ਇਹ ਵਾਅਦਾ ਕੀਤਾ ਸੀ ਕਿ ਤੁਸੀਂ ਐਮਐਲਏ ਬਣਾਓ ਤੁਸੀਂ ਵਿਧਾਨ ਸਭਾ ਦੀਆਂ ਪੌੜੀਆਂ ਚੜਾਓ ਤੇ ਕੈਬਨਟ ਦੀ ਜਿਹੜੀ ਪੌੜੀ ਹੈ ਉਹ ਮੈਂ ਚੜਾਵਾਂਗਾ ਪਠਾਨਕੋਟ ਦੇ ਪ੍ਰਾਈਵੇਟ ਮੈਡੀਕਲ ਕਾਲਜ ਦਾ ਮੁੱਦਾ ਪੱਖ ਦਾ ਜਾ ਰਿਹਾ ਹੈ ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਮੁੱਦਾ ਚੁੱਕਦੇ ਹੋਏ ਮੁੱਖ ਮੰਤਰੀ ਮਾਨ ਤੋਂ ਤਿੱਖੇ ਸਵਾਲ ਪੁੱਛਦਿਆਂ ਕਿਹਾ ਹੈ ਕਿ ਪਠਾਨਕੋਟ ਦੇ ਵਾਈਟ ਮੈਡੀਕਲ ਕਾਲਜ ਵਿੱਚ ਪੜਨ ਵਾਲੇ 250 ਐਮਬੀਬੀਐਸ ਦੇ ਵਿਦਿਆਰਥੀ ਨੂੰ ਕਾਲਜ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਕਰਕੇ ਪ੍ਰਦਰਸ਼ਨ ਕਰਨਾ ਪੈ ਰਿਹਾ ਤੇ ਪੁਲਿਸ ਨੇ ਵਿਦਿਆਰਥੀਆਂ ਨੂੰ ਵੀ ਡਿਟੇਨ ਕਰ ਲਿਆ ਕਿ ਇਹ ਚੰਗੀ ਸਿੱਖਿਆ ਤੇ ਸਿਹਤ ਸਹੂਲਤਾਂ ਦੇਣ ਦਾ ਸਰਕਾਰ ਨੇ ਵਾਅਦਾ ਕੀਤਾ ਸੀ ਮੈਡੀਕਲ ਕਾਲਜ ਦੇ ਵਾਈਸ ਚੇਅਰਮੈਨ ਸਵਰਨ ਸਲਾਰੀਆ ਹਨ ਜਿਨ੍ਹਾਂ ਨੇ ਲੋਕ ਸਭਾ ਚੋਣਾਂ ਦੌਰਾਨ ਬੀਜੇਪੀ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਪੰਜਾਬ ਦੇ ਵੱਡੇ ਸਨਦਕਾਰਾਂ ਦੇ ਵਿੱਚ ਸਲਾਰੀਆ ਦਾ ਨਾਮ ਸ਼ਾਮਿਲ ਹੈ ਦਰਅਸਲ ਪਠਾਨਕੋਟ ਦੇ ਸਵਾਈਟ ਮੈਡੀਕਲ ਕਾਲਜ ਦੇ ਤਕਰੀਬਨ 250 ਤੋਂ ਵੱਧ ਐਮਬੀਬੀਐਸ ਕਰਦੇ ਵਿਦਿਆਰਥੀ ਕਾਲਜ ਦੀ ਮਾੜੀ ਹਾਲਤ ਤੋਂ ਤੰਗ ਆ ਕੇ ਮੰਗਲਵਾਰ ਨੂੰ ਚੰਡੀਗੜ੍ਹ ਪ੍ਰਦਰਸ਼ਨ ਕਰਨ ਪਹੁੰਚੇ ਵਿਦਿਆਰਥੀਆਂ ਨੇ ਇਲਜ਼ਾਮ ਲਾਇਆ ਕਿ ਉਹਨਾਂ ਤੋਂ ਲੱਖਾਂ ਦੀਆਂ ਫੀਸਾਂ ਲੈ ਕੇ ਕਾਲਜ ਗੰਦਾ ਖਾਣਾ ਦੇ ਰਿਹਾ ਹੈ ਨਾ ਹੀ ਕਾਲਜ ਦੇ ਵਿੱਚ ਪੜਾਉਣ ਵਾਲੇ ਅਧਿਆਪਕ ਪੂਰੇ ਨੇ ਇ ਰੋਸ ਅ ਮਜ਼ਾਰਾ ਕਰਨ ਤੇ ਕਾਲਜ ਦੇ ਚੇਅਰਮੈਨ ਨੇ ਵਿਦਿਆਰਥੀਆਂ ਨੂੰ ਗਾਲ੍ਹਾਂ ਕੱਢੀਆਂ ਜੁੱਤੀਆਂ ਵੀ ਮਾਰੀਆਂ ਜਦੋਂ ਵੀ ਉਹ ਪ੍ਰਦਰਸ਼ਨ ਕਰਦੇ ਨੇ ਮਾੜੇ ਪ੍ਰਬੰਧਨ ਦੇ ਖਿਲਾਫ ਚੇਅਰਮੈਨ ਇਸੇ ਤਰ੍ਹਾਂ ਹੀ ਕਰਦਾ ਹੈ ਵਿਦਿਆਰਥੀ ਮੁੱਖ ਮੰਤਰੀ ਨੂੰ ਮਿਲ ਕੇ ਕਾਲਜ ਤਬਦੀਲੀ ਦੀ ਮੰਗ ਕਰਨਾ ਚਾਹੁੰਦੇ ਸੀ ਇਸ ਲਈ ਉਹਨਾਂ ਨੇ ਐਨਐਸਯੂਆਈ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਦੀ ਅਗਵਾਈ ਚ ਐਮਐਲਏ ਹੋਸਟਲ ਤੋਂ ਇੱਕ ਰੋਸ ਮਾਰਚ ਮੁੱਖ ਮੰਤਰੀ ਨਿਵਾਸਵਲ ਕੱਢਣਾ ਸੀ ਪਰ ਪੁਲਿਸ ਨੇ ਪਹਿਲਾਂ ਹੀ ਈਸ਼ਰਪ੍ਰੀਤ ਸਿੰਘ ਸਿੱਧੂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਨੂੰ ਐਮਐਲਏ ਹੋਸਟਲ ਦੇ ਬਾਹਰੋਂ ਹਟਾ ਦਿੱਤਾ ਖਦੇੜ ਦਿੱਤਾ ਈਸ਼ਰਪ੍ਰੀਤ ਸਿੰਘ ਸਿੱਧੂ ਸਮੇਤ ਇੱਕ ਦੋ ਹੋਰਨਾਂ ਨੂੰ ਪੁਲਿਸ ਨੇ ਡੀਟੇਨ ਕਰਕੇ ਲੈ ਗਏ ਸੀ ਸਾਰੇ ਇਕੱਠੇ ਪ੍ਰੋਟੈਸਟ ਕਰ ਰਹੇ ਆ 250 ਦੇ ਕਰੀਬ ਬੱਚੇ ਜਿਹੜੇ ਹੈਗੇ ਉਹ ਸਾਰੇ ਇੱਥੇ ਆ ਚੁੱਕੇ ਕੋਈ ਵੀ ਪੜਾਈ ਸਾਡੀ ਬੰਦ ਹੋ ਚੁੱਕੀ ਹੈ ਹੁਣ ਸਾਡੀ ਇਹ ਮੰਗ ਹੈ ਕਿ ਸਾਡੀ ਪੜਾਈ ਸਟਾਰਟ ਕੀਤੀ ਜਾਵੇ ਜਿਹੜਾ ਕੇਸ ਹੈ ਕੇਸ ਦੇ ਹਿਸਾਬ ਨਾਲ ਸਾਡੀ 1 ਅਗਸਤ ਦੀ ਡੇਟ ਪਈ ਹੋਈ ਹੈ ਬਟ ਹਰ ਵਾਰ ਡੇਟ ਤੇ ਡੇਟ ਹੀ ਪੈਂਦੀ ਹੈ ਸਾਡੀ ਪੜਾਈ ਖਰਾਬ ਹੋ ਰਹੀ ਹੈ ਬਹੁਤ ਜ਼ਿਆਦਾ ਨਾ ਉੱਥੇ ਪੇਸ਼ੈਂਟ ਹੈ ਨਾ ਉੱਥੇ ਡਾਕਟਰ ਹੈ ਨਾ ਉੱਥੇ ਕੋਈ ਵੀ ਪ੍ਰੋਫੈਸਰ ਹੈ ਉੱਥੇ ਪ੍ਰੋਫੈਸਰ ਵੀ ਗੋਸ਼ ਦਿਖਾਏ ਜਾਂਦੇ ਆ ਕਿ ਜਿਹੜੇ ਬਾਹਰ ਪ੍ਰੈਕਟਿਸ ਕਰ ਰਹੇ ਆ ਐਨ ਐਮ ਸੀ ਨੂੰ ਇਹ ਦਿਖਾਏ ਜਾਂਦਾ ਕਿ 106 ਡਾਕਟਰ ਹੈ ਉਥੇ 106 ਪ੍ਰੋਫੈਸਰ ਜਿਹੜੇ ਸਾਨੂੰ ਪੜਾ ਰਹੇ ਬਟ ਉੱਥੇ 6 ਵੀ ਨਹੀਂ ਹੈਗੇ 6 ਡਾਕਟਰ ਵੀ ਨਹੀਂ ਹੈਗੇ ਤੇ ਜਿਹੜੇ 6 ਹੈਗੇ ਵੀ ਮੇਨ ਗੱਲ ਹੈ ਬਾਕੀ ਆਪਾਂ ਪੀਸਫੁਲੀ ਪ੍ਰੋਟੈਸਟ ਕਰਦੇ ਜੀ ਇਹ ਇਅਰ ਦੇ ਸਟੂਡੈਂਟ ਅਸੀਂ ਜੀ ਸੈਕੰਡ ਇਅਰ ਦੇ ਇੱਥੇ ਸਾਰੇ ਸੈਕੰਡ ਤੇ ਥਰਡ ਇਅਰ ਦੇ ਇਕੱਠੇ ਨੇ ਜੀ ਉਹ ਸਾਡਾ ਜੂਨੀਅਰ ਬੈਚ ਆਇਆ ਨਹੀਂ ਜੀ ਪਰਮਿਸ਼ਨ ਇਹਨਾਂ ਨੂੰ ਮਿਲਦੀ ਨਹੀਂ ਕਦੇ ਕਾਲਜ ਚ ਡੈਫੀਸ਼ੈਂਸੀ ਐ ਇੰਨੀ 13 ਸਾਲ ਤੋਂ ਕੋਈ ਬੱਚਾ ਪਾਸ ਨਹੀਂ ਹੋਇਆ ਜੀ ਹੁਣ ਅਸੀਂ ਦੇਖੋ ਮੈਂ ਦੱਸਦਾ ਅਸੀਂ ਪੀਸਫੁਲੀ ਪ੍ਰੋਟੈਸਟ ਕਰਦੇ ਸੀ ਕਾਲਜ ਮੈਨੇਜਮੈਂਟ ਨੂੰ ਆਪਦੀ ਗੱਲਾਂ ਰੱਖਦੇ ਸੀ ਉਹ ਕੀ ਕਰਦਾ ਸਲਾਰੀਆ ਸਾਹਿਬ ਸਾਨੂੰ ਗਾਲ੍ਹਾਂ ਕੱਢਦੇ ਮਾਂ ਪੈਣਾਂ ਦੀ ਗਾਲ੍ਹਾਂ ਕੱਢ ਕੇ ਚਲੇ ਜਾਂਦਾ ਹੈ ਸਾਡੇ ਤੇ ਪੱਥਰ ਛੱਟੇ ਗਏ ਚੱਪਲਾ ਛੱਟੀ ਗਈ ਸੋ ਜ਼ਾਹਿਰ ਤੌਰ ਤੇ ਇਸ ਵੱਡੇ ਮਸਲੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਖਲ ਦੇਣਾ ਚਾਹੀਦਾ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਮੈਡੀਕਲ ਦੀ ਪੜਾਈ ਨੂੰ ਹਮੇਸ਼ਾ ਤਰਜੀਹ ਦਿੰਦੇ ਨੇ ਆਪਣੇ ਬਿਆਨਾਂ ਦੇ ਵਿੱਚ ਉਹਨਾਂ ਨੇ ਕਿੰਨੇ ਵੱਡੇ ਵੱਡੇ ਐਲਾਨ ਕੀਤੇ ਨੇ ਕਿ ਪੰਜਾਬ ਦੇ ਹਰੇਕ ਵੱਡੇ ਸ਼ਹਿਰ ਦੇ ਵਿੱਚ ਮੈਡੀਕਲ ਕਾਲਜ ਅਸੀਂ ਬਣਾਵਾਂਗੇ ਤੇ ਕਈ ਥਾਵਾਂ ਤੇ ਉਹਨਾਂ ਨੇ ਮੈਡੀਕਲ ਕਾਲਜਾਂ ਦੀ ਉਸਾਰੀ ਜਿਹੜੀ ਸ਼ੁਰੂ ਹੋਣ ਦੇ ਦਾਅਵੇ ਵੀ ਕੀਤੇ ਹਨ ਤੇ ਜਿਹੜੇ ਮੌਜੂਦਾ ਮੈਡੀਕਲ ਕਾਲਜ ਹੈਗੇ ਨੇ ਉਹਨਾਂ ਦੇ ਵਿੱਚ ਹਾਰ ਹੋਵੇ ਇਹ ਸੀਐਮ ਭਗਵੰਤ ਮਾਨ ਦੀ ਉਸ ਤੋਂ ਵੀ ਪਹਿਲਾਂ ਨਵੇਂ ਬਣਾਉਣ ਤੋਂ ਵੀ ਪਹਿਲਾਂ ਪਹਿਲ ਹੋਣੀ ਚਾਹੀਦੀ ਹੈ ਤੇ ਇਹ ਸੁਣ ਕੇ ਸੱਚਮੁੱਚ ਹੈਰਾਨੀ ہوئی ਕਿ 20-20 ਲੱਖ ਲੱਖ ਦੀਆਂ ਫੀਸਾਂ ਦੇਣ ਵਾਲੇ ਵਿਦਿਆਰਥੀਆਂ ਦੇ ਨਾਲ ਇਹੋ ਜਿਹਾ ਵਤੀਰਾ ਅਪਣਾਇਆ ਜਾ ਰਿਹਾ ਹੈ ਪੜਾਉਣ ਨੂੰ ਡਾਕਟਰ ਪ੍ਰੋਫੈਸਰ ਹੈਨਿੰਗੇ ਤੇ ਗੰਦਾ ਖਾਣਾ ਦਿੱਤਾ ਜਾ ਰਿਹਾ ਹੈ ਰਹਿਣ ਵਾਲੀ ਥਾਂ ਵੀ ਕੋਈ ਚੰਗ ਦੀ ਨਹੀਂ ਹੈ ਤੇ ਕੁਝ ਵਿਦਿਆਰਥੀਆਂ ਨੇ ਤਾਂ ਕਾਲਜ ਦੇ ਵਿੱਚ ਜ਼ਬਰਜਨਾਹ ਦੇ ਵੀ ਇਲਜ਼ਾਮ ਲਾਇਏ ਅਦਰ ਸੁਖਪਾਲ ਖੈਰਾ ਨੇ ਇੱਕ ਹੋਰ ਟਵੀਟ ਕਰਕੇ ਲੈਕਚਰਾਰਾਂ ਨੂੰ ਪ੍ਰਮੋਟ ਕਰਨ ਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਖੱਬੇ ਹੱਥ ਨੂੰ ਇਹ ਨਹੀਂ ਪਤਾ ਕਿ ਉਹਦਾ ਸਜਾਹਤ ਕੀ ਕਰ ਰਿਹਾ। ਤਾਜ਼ਾ ਮਿਸਾਲ ਕਹਿੰਦੇ 12 ਜੁਲਾਈ ਨੂੰ ਸਕੂਲੀ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਵਿਸ਼ਿਆਂ ਦੇ 688 ਲੈਕਚਰਾਰ ਪ੍ਰਮੋਟ ਕਰਨ ਤੋਂ ਮਿਲਦੀ ਹੈ। ਸਿੱਤਮ ਜ਼ਰੀਫੀ ਵੇਖੋ ਕਿ ਪ੍ਰਮੋਸ਼ਨ ਸੂਚੀ ਜਾਰੀ ਕਰਨ ਤੋਂ ਬਾਅਦ ਅਧਿਆਪਕਾਂ ਨੂੰ ਬਤੌਰ ਲੈਕਚਰਾਰ ਸਕੂਲ ਦੀ ਚੋਣ ਕਰਨ ਲਈ ਮੋਹੱਲੇ ਵੀ ਬੁਲਾ ਲਿਆ ਗਿਆ ਪਰ ਐਨ ਮੌਕੇ ਤੇ 15 ਜੁਲਾਈ ਨੂੰ ਤਰੱਕੀਆਂ ਰੱਦ ਕਰ ਦਿੱਤੀਆਂ ਗਈਆਂ। ਇਸ ਕੋਝੇ ਮਖੌਲ ਨਾਲ ਜਿੱਥੇ ਸਬੰਧਿਤ ਅ ਮਾਨਸਿਕ ਪੀੜਾ ਦੇ ਵਿੱਚ ਨੇ ਉੱਥੇ ਪੰਜਾਬ ਸਰਕਾਰ ਵੀ ਨਲਾਇਕ ਸਿੱਧ ਹੋਈ ਹੈ ਕਹਿੰਦੇ ਨੈਤਿਕ ਫਰਜ਼ ਸਮਝਦੇ ਹੋਏ ਸੀਐਮ ਮਾਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਤੁਹਾਡੇ ਸਭ ਦੇ ਲਈ ਕੁਝ ਖਾਸ ਅਤੇ ਜ਼ਰੂਰੀ ਖਬਰਾਂ ਨਾਮਤਾਰੀ ਸੰਪਰਦਾ ਦੇ ਵਫਦ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮੰਗ ਪੱਤਰ ਸੌਂਪ ਕੇ ਡਾਕਟਰ ਮਨਮੋਨ ਸਿੰਘ ਜਿਹੜੇ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਹਨ ਉਹਨਾਂ ਨੂੰ ਪੰਥ ਰਤਨ ਦੇਣ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਦੇਸ਼ ਤੇ ਕੌਮ ਦੇ ਲਈ ਕਈ ਅਹਿਮ ਕੰਮ ਕੀਤੇ ਨੇ ਪ੍ਰਧਾਨ ਮੰਤਰੀ ਬਣਨ ਦੇ ਨਾਲ ਸਾਰੇ ਸਿੱਖ ਕੌਮ ਦਾ ਸਿਰ ਦੁਨੀਆ ਦੇ ਵਿੱਚ ਉੱਚਾ ਹੋਇਆ ਸੀ ਇਸ ਲਈ ਕਹਿੰਦੇ ਉਹਨਾਂ ਨੂੰ ਪੰਥ ਰਤਨ ਪੁਰਸਕਾਰ ਨਾਲ ਨਿਵਾਜਿਆ ਜਾਣਾ ਚਾਹੀਦਾ ਹੈ ਨਾਮਤਾਰੀ ਸੰਪਰਦਾ ਦੀ ਇਸ ਮੰਗ ਦੇ ਨਾਲ ਕੀ ਤੁਸੀਂ ਸਹਿਮਤ ਹੋ ਕੀ ਤੁਹਾਡੀ ਰਾਏ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਹਰਿਆਣਾ ਸਰਕਾਰ ਨੇ ਅਗਨੀ ਵੀਰਾਂ ਤੇ ਵੱਡਾ ਐਲਾਨ ਕੀਤਾ ਹੈ ਕਿ ਅਗਨੀ ਵੀਰਾਂ ਨੂੰ ਸਰਕਾਰੀ ਨੌਕਰੀਆਂ ਦੇ ਵਿੱਚ 10% ਦੀ ਰਾਖਵਾ ਕਰਨ ਦਿੱਤਾ ਜਾਵੇਗਾ ਇਹਨਾਂ ਨੂੰ ਮਾਈਨਿੰਗ ਗਾਰਡ ਫੋਰੈਸਟ ਗਾਰਡ ਦੇ ਲਈ ਰਾਖਵਾ ਕਰਨ ਦਿੱਤਾ ਜਾਊਗਾ 5 ਲੱਖ ਤੱਕ ਦਾ ਲੋਨ ਵੀ ਇਹਨਾਂ ਨੂੰ ਬਿਨਾਂ ਵਿਆਜ ਦੇ ਮਿਲੇਗਾ ਹਥਿਆਰ ਦਾ ਲਾਇਸੈਂਸ ਵੀ ਮਿਲੇਗਾ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸੀਆਈਐਸਐਫ ਦੇ ਵਿੱਚ 10% ਦੀ ਰਾਖਵੇਂ ਕਰਨ ਦਾ ਐਲਾਨ ਕੀਤਾ ਸੀ ਕੇਂਦਰ ਸਰਕਾਰ ਦੀ ਅਗਨੀ ਵੀਰ ਯੋਜਨਾ ਤੇ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਵਾਰੀ-ਵਾਰੀ ਸਵਾਲ ਚੁੱਕਦੇ ਰਹਿੰਦੇ ਹਨ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪੀ ਦੀ ਸਰਕਾਰ ਨੇ OBC ਸ਼੍ਰੇਣੀ ਵਿੱਚ ਕ੍ਰੀਮੀ ਲੇਅਰ ਨੂੰ ਲੈ ਕੇ ਵੀ ਵੱਡਾ ਫੈਸਲਾ ਲਿਆ ਹੈ ਸਰਕਾਰ ਨੇ OBC ਸ਼੍ਰੇਣੀ ਵਿੱਚ ਕ੍ਰੀਮੀ ਲੇਅਰ ਦੇ ਲਈ ਸਾਲਾਨਾ ਆਮਦਨ ਦੀ ਵੱਧ ਤੋਂ ਵੱਧ ਸੀਮਾ 6 ਲੱਖ ਤੋਂ ਵਧਾ ਕੇ 8 ਲੱਖ ਕਰ ਦਿੱਤੀ ਹੈ ਇਹਦੇ ਵਿੱਚ ਤਨਖਾਹ ਤੇ ਖੇਤੀ ਤੋਂ ਹੋਣ ਵਾਲੀ ਆਮਦਨ ਸ਼ਾਮਲ ਨਹੀਂ ਹੈ ਸੂਬੇ ਵਿੱਚ ਪਛੜੀਆਂ ਸ਼੍ਰੇਣੀਆਂ ਲਈ ਰਾਖਵਿਕਰਨ 'ਚ ਵੀ ਵਾਅਦਾ ਕੀਤਾ ਗਿਆ ਹੈ ਸੋ ਜਿਵੇਂ ਜਿਵੇਂ ਚੋਣਾਂ ਨੇੜੇ ਆਉਣਗੀਆਂ ਹਰਿਆਣਾ ਤੋਂ ਅਜਿਹੀਆਂ ਵੱਡੀਆਂ ਖਬਰਾਂ ਆਪਾਂ ਨੂੰ ਸੁਣਨ ਨੂੰ ਮਿਲਣਗੀਆਂ ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਰਾਜਸਥਾਨ ਪੁਲਿਸ ਨੇ ਬਠਿੰਡਾ ਪੁਲਿਸ ਦੇ ਨਾਲ ਇੱਕ ਸਾਂਝੇ ਆਪਰੇਸ਼ਨ ਦੇ ਵਿੱਚ ਲਾਰੈਂਸ ਬਿਸ਼ਨੋਈ ਤੇ ਅਮਰੀਕਾ ਰਹਿੰਦੇ ਗੋਲਡੀ ਬਰਾਡ ਗੈਂਗ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ ਨਾ ਤੋਂ ਦੋ ਪਿਸਤੌਲ ਤੇ 6 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਖੁਦ ਇਸ ਦੀ ਜਾਣਕਾਰੀ ਦਿੱਤੀ ਜੇ ਤੁਸੀਂ ਵੀ 12 ਡੇਰੀ ਪ੍ਰੋਡਕਟਸ ਲੈ ਕੇ ਖਾਂਦੇ ਹੋ ਯਾਨੀ ਕਿ ਦੁੱਧ ਨਾਲ ਬਣੀਆਂ ਚੀਜ਼ਾਂ ਤੁਸੀਂ 12 ਦੁਕਾਨਾਂ ਤੋਂ ਲੈ ਕੇ ਖਾਂਦੇ ਹੋ ਦੇਸੀ ਕਿਓ ਦੁੱਧ ਪਨੀਰ ਦਹੀਂ ਆਦਤ ਹੋ ਸਕਦਾ ਹੈ ਕਿ ਤੁਸੀਂ ਵੀ ਇਹ ਸਾਰਾ ਕੁਝ ਨਕਲੀ ਖਾ ਰਹੇ ਹੋ ਕਿਉਂਕਿ ਸੰਗਰੂਰ ਦੀ ਦਿੜਬਾ ਮੰਡੀ ਤੋਂ ਇਹ ਖਬਰ ਸਾਹਮਣੇ ਇਹ ਹੈ ਜਿੱਥੇ ਸਿਹਤ ਵਿਭਾਗ ਦੀ ਟੀਮ ਨੇ ਦਿੜਬਾ ਚ ਛਾਪੇਮਾਰੀ ਕਰਕੇ ਨਕਲੀ ਦੇਸੀ ਘਿਓ ਨਕਲੀ ਦੁੱਧ ਤੇ ਨਕਲੀ ਪਨੀਰ ਬਣਾਉਣ ਵਾਲਾ ਸਮਾਨ ਭਾਰੀ ਮਾਤਰਾ ਦੇ ਵਿੱਚ ਫੜਿਆ ਹੈ ਜ਼ਿਲ੍ਹੇ ਦੇ ਸੈਿਤ ਅਫਸਰ ਡਾਕਟਰ ਬਲਜੀਤ ਸਿੰਘ ਤੇ ਫੂਡ ਸੇਫਟੀ ਅਫਸਰ ਚਰਨਜੀਤ ਸਿੰਘ ਨੇ ਦੱਸਿਆ ਕਿ ਮੰਦੀਪ ਸਿੰਘਲਾ ਦੇ ਮਿਲਕ ਸੈਂਟਰ ਦੀ ਚੈਕਿੰਗ ਕੀਤੀ ਗਈ ਜਿਸ ਜਿੱਥੋਂ 278 ਟੀਨ ਰਿਫਾਈਨਡ 70 ਖਾਲੀ ਟੀਨ 13 ਪੈਕੇਟ ਮਿਲਕ ਪਾਊਡਰ ਤੇ 100 ਲੀਟਰ ਸਰਵ ਡੋਰ ਜੋ ਕਿ ਨਕਲੀ ਦੁੱਧ ਦੇ ਲਈ ਵਰਤਿਆ ਜਾਂਦਾ ਉਹ ਸੀਲ ਕਰ ਦਿੱਤਾ ਨਮੂਨੇ ਲੈ ਕੇ ਜਾਂਚ ਲਈ ਭੇਜ ਦਿੱਤੇ ਨੇ ਸੋ ਇਹ ਗੱਲ ਖਾਸ ਧਿਆਨ ਦੇਣ ਯੋਗ ਹੁੰਦੀ ਹੈ ਜਿਹੜੇ ਲੋਕ ਦੁੱਧ ਮੁੱਲ ਲੈਂਦੇ ਨੇ ਉਹਨਾਂ ਦੇ ਦੁੱਧ ਦੇ ਵਿੱਚ ਜੇ ਪੀਲੇ ਰੰਗ ਦੀ ਮਲਾਈ ਆਉਂਦੀ ਹੈ ਦੁੱਧ ਪੀਲੇ ਪੰਨ ਦੇ ਵਿੱਚ ਹੈ ਤਾਂ ਉਹਦੇ ਵਿੱਚ ਕੋਈ ਸ਼ੱਕ ਹੀ ਨਹੀਂ ਕਿ ਰਿਫਾਈਨਡ ਤੇਲ ਨਾ ਪਾਇਆ ਹੋਵੇ ਕਿਉਂਕਿ ਫੈਟ ਵਧਾਉਣ ਦੇ ਲਈ ਰਿਫਾਈਨਡ ਪਾ ਦਿੱਤਾ ਜਾਂਦਾ ਹੈ ਤੇ ਜਿਹੜੀ ਵੀ ਚੀਜ਼ ਰਿਫਾਈਨ ਕੀਤੀ ਹੁੰਦੀ ਹੈ ਉਹ ਆਪਣੇ ਸਰੀਰ ਦੇ ਲਈ ਇੰਨੀ ਕੁ ਜ਼ਿਆਦਾ ਖਤਰਨਾਕ ਹੁੰਦੀ ਹੈ ਕਿ ਅਸੀਂ ਸੋਚ ਹੀ ਨਹੀਂ ਸਕਦੇ ਰਿਫਾਈਨਡ ਤੇਲ ਖਾਣਾ ਤੇ ਉਹ ਵੀ ਦੁੱਧ ਦੇ ਵਿੱਚ ਪਾ ਕੇ ਖਵਾਇਆ ਜਾਣਾ ਉਹ ਕਿੰਨਾ ਖਤਰਨਾਕ ਹੋ ਸਕਦਾ ਹੈ ਫਿਰ ਉਸੇ ਦੁੱਧ ਤੋਂ ਹੀ ਅੱਗੇ ਦਹੀਂ ਪਨੀਰ ਕਿਉਂ ਸਾਰਾ ਕੁਝ ਦੁੱਧ ਤੋਂ ਹੀ ਬਣਦਾ ਹੈ ਸੋ ਧਿਆਨ ਜ਼ਰੂਰ ਰੱਖਿਆ ਕਰੋ ਸੋਨਾ 88000 ਪਾਰ ਕਰੇਗਾ ਗੈਣਾ ਵਿਕਰੇਤਾਵਾਂ ਦੀ ਲਗਾਤਾਰ ਖਰੀਦਦਾਰੀ ਦੇ ਵਿਚਾਰੇ ਸੁਣਨ ਦੀਆਂ ਕੀਮਤਾਂ ਸਥਾਨਕ ਬਾਜ਼ਾਰ ਦੇ ਵਿੱਚ 550 ਰੁਪਏ ਵਾਧ ਕੇ 75700 ਰੁਪਏ ਪ੍ਰਤੀ 10 ਗ੍ਰਾਮ ਹੋ ਗਈਆਂ ਨੇ ਦਿੱਲੀ ਦੇ ਵਿੱਚ 99.99% ਤੇ 99.5% ਸ਼ੁੱਧਤਾ ਵਾਲੇ ਸੋਨੇ ਦਾ ਭਾਅ 75700 ਰੁਪਏ ਤੀ ਟੋਲੇ ਤੇ ਪਹੁੰਚ ਗਿਆ ਹੈ ਤੇ ਅਮਰੀਕਾ ਦੀ ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ 2025 ਦੇ ਵਿੱਚ ਸੋਨੇ ਦਾ ਭਾਅ ਹੈ ਜਿਹੜਾ ਉਹ 88450 ਰੁਪਏ ਪ੍ਰਤੀ ਟੋਲੇ ਤੱਕ ਪਹੁੰਚ ਸਕਦਾ ਹੈ। ਭਾਜਨ ਸਮਾਜ ਪਾਰਟੀ ਦੀ ਪੰਜਾਬ ਇਕਾਈ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦੇ ਨਾਲ ਮੁਲਾਕਾਤ ਕੀਤੀ। ਚਾਰ ਮੈਂਬਰੀ ਵਫਦ ਦੀ ਪ੍ਰਧਾਨਗੀ ਭਾਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕੀਤੀ। ਇਸ ਵਫਦ ਨੇ ਰਾਜਪਾਲ ਨੂੰ ਮੈਮੋਰੰਡਮ ਸੌਂਪਿਆ ਜਿਸ ਦੇ ਵਿੱਚ ਪੰਜਾਬ ਚ ਜਾਤੀਵਾਦ ਤਹਿਤ ਹੋ ਰਹੇ ਅਪਰਾਧਾਂ ਦੀ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ ਗਈ ਗੜੀ ਨੇ ਰਾਜਪਾਲ ਨੂੰ ਦੱਸਿਆ ਕਿ ਪੰਜਾਬ ਪੁਲਿਸ ਦਾ ਨਜ਼ਰੀਆ ਜਾਤੀਵਾਦੀ ਤੌਰ ਤੇ ਇੰਨਾਕ ਤੰਗ ਹੈ ਕਿ ਜਦੋਂ ਗਰੀਬਾਂ ਦਲਿਤਾਂ ਤੇ ਪਛਰੀਆਂ ਸ਼੍ਰੇਣੀਆਂ ਨੂੰ ਇਨਸਾਫ ਦੀ ਲੋੜ ਹੁੰਦੀ ਹੈ ਤਾਂ ਪੰਜਾਬ ਪੁਲਿਸ ਇਨਕੁਆਇਰੀ ਕਰਨ ਸਿਟਾ ਬਣਾਉਣ ਤੇ ਲੀਗਲ ਲੀਗਲ ਐਡਵਾਈਜ਼ਰ ਐਡਵਾਈਜ਼ਰ ਦੀ ਸਲਾਹ ਦੇ ਨਾਂ ਤੇ ਗਰੀਬਾਂ ਨੂੰ ਇਨਸਾਫ ਦੇਣ ਤੋਂ ਹੀ ਪੰਜ ਜਾਂਦੀ ਹੈ ਤੇ ਇਸ ਮਾਹੌਲ ਦੇ ਉੱਤੇ ਲਗਾਮ ਕਸੀ ਜਾਣੀ ਚਾਹੀਦੀ ਹੈ ਨਸ਼ੇ ਦਾ ਦੈਂਤ ਪੰਜਾਬ ਦੇ ਤਕਰੀਬਨ ਹਰ 10 ਦੇ ਵਿੱਚੋਂ 5 ਘਰਾਂ ਦੇ ਵਿੱਚ ਫੈਲਿਆ ਹੈ ਬਠਿੰਡਾ ਦੇ ਰਾਮਪੁਰਾ ਰੋਡ ਤੇ ਇੱਕ ਗੱਡੀਆਂ ਦੇ ਵਿੱਚ ਦੋ ਨੌਜਵਾਨਾ ਰਣਜੀਤ ਸਿੰਘ ਤੇ ਬੰਨੀ ਸਿੰਘ ਦੀਆਂ ਦੀਆਂ ਬਰਾਮਦ ਹੋਈਆਂ ਨੇ ਜਾਨ ਗਵਾਉਣ ਵਾਲੇ ਬੰਨੀ ਸਿੰਘ ਦੇ ਪਿਓ ਨੇ ਦੱਸਿਆ ਕਿ ਉਹਨਾਂ ਦਾ ਪੁੱਤ ਬੰਨੀ ਸਿੰਘ ਰਾਤ ਨੂੰ ਘਰੇ ਨਹੀਂ ਪਹੁੰਚਿਆ ਜਿਸ ਕਰਕੇ ਉਹਦੀ ਭਾਲ ਕਰਨ ਦੇ ਲਈ ਰਾਮਪੁਰਾ ਰੋਡ ਤੇ ਰਣਜੀਤ ਸਿੰਘ ਰਵੀ ਦੇ ਘਰ ਗਏ ਘਰ ਦੇ ਦਰਵਾਜ਼ੇ ਨੂੰ ਉੱਥੇ ਵੀ ਜਿੰਦਾ ਲੱਗਿਆ ਹੋਇਆ ਸੀ ਦੋਨਾਂ ਦੇ ਫੋਨ ਬੰਦ ਆ ਰਹੇ ਸੀ ਸ਼ੱਕ ਪੈਣ ਤੇ ਜਦੋਂ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ ਤਾਂ ਦੋਵਾਂ ਦੀਆਂ দেহਾਂ ਪਈਆਂ ਸੀ ਉਹਨਾਂ ਪ੍ਰਸ਼ਾਸਨ ਨੂੰ ਨਸ਼ੇ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਇਲਾਕੇ ਦੇ ਵਿੱਚ ਨਸ਼ਿਆਂ ਦੇ ਨਾਲ ਨੌਜਵਾਨਾਂ ਦੀਆਂ ਲਗਾਤਾਰ ਜਾਨਾਂ ਜਾ ਰਹੀਆਂ ਨੇ ਤੇ ਇੱਥੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਪਿਆ ਹੈ ਪੁਲਿਸ ਉਹੀ ਰਟਾਰ ਰਟਾਰ ਜਵਾਬ ਦੇ ਰਹੀ ਹੈ ਕਿ ਜਾਂਚ ਕਰਾਂਗੇ ਬਿਆਨਾਂ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਊਗੀ ਪਰ ਨਸ਼ੇ ਦੇ ਸਦਾਗਰਾਂ ਨੂੰ ਨੱਥ ਜਦੋਂ ਤੱਕ ਨਹੀਂ ਪੈਂਦੀ ਪੰਜਾਬ ਦੇ ਵਿੱਚ ਅਜਹੀਆਂ ਖਬਰਾਂ ਨੇ ਜਿਹੜੀਆਂ ਉਹ ਮਿਲਦੀਆਂ ਹੀ ਰਹਿਣਗੀਆਂ ਮਾਵਾ ਇਸੇ ਤਰ੍ਹਾਂ ਪੁੱਤਾਂ ਦੇ ਵਿਯੋਗ ਸਹਿੰਦੀਆਂ ਰਹਿਣਗੀਆਂ ਲੁਧਿਆਣਾ ਦੇ ਵਿੱਚ ਮੰਗਲਵਾਰ ਸ਼ਾਮ ਨੂੰ ਇੱਕ ਸਬ ਇਨਸਪੈਕਟਰ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਜਾਨ ਚਲੀ ਗਈ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਏਸੀਪੀ ਰੂਪਦੀਪ ਕੌਰ ਦੇ ਮੁਤਾਬਿਕ ਲੁਧਿਆਣਾ ਦੇ ਐਲ ਆਈ ਜੀ ਫਲੈਟ ਦੇ ਵਿੱਚੋਂ ਸਬ ਇਨਸਪੈਕਟਰ ਅਰਵਿੰਦਰ ਸਿੰਘ ਦੀ ਦੇ ਮਿਲੀ ਹੈ ਅੰਮ੍ਰਿਤਸਰ ਦੇ ਵਿੱਚ ਮੰਗਲਵਾਰ ਰਾਤ ਨੂੰ ਥਾਈਲੈਂਡ ਦੀਆਂ ਦੋ ਕੁੜੀਆਂ ਨੇ ਇੱਕ ਹੋਟਲ ਦੀ ਚੌਥੀ ਮੰਜ਼ਲ ਤੋਂ ਛਾਲ ਮਾਰ ਦਿੱਤੀ ਡਿੱਗਣ ਕਾਰਨ ਇੱਕ ਲੜਕੀ ਦੀ ਰੀੜ ਦੀ ਹੱਡੀ ਟੁੱਟ ਗਈ ਜਦਕਿ ਦੂਸਰੀ ਗੰਭੀਰ ਸਖਮੀ ਹੈ ਦੋਵਾਂ ਦਾ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਦੋਵੇਂ ਲੜਕੀਆਂ ਹੋਟਲ ਦੀ ਚੌਥੀ ਮੰਜਲ ਤੇ ਸਪਾ ਸੈਂਟਰ ਦੇ ਵਿੱਚ ਕੰਮ ਕਰਦੀਆਂ ਸਨ ਪੁਲਿਸ ਛਾਪਾ ਮਾਰਨ ਪਹੁੰਚੀ ਤਾਂ ਡਰ ਦੇ ਮਾਰੇ ਇਹਨਾਂ ਨੇ ਛਾਲ ਥੱਲੇ ਨੂੰ ਮਾਰ ਦਿੱਤੀ। ਦਰਅਸਲ ਮੰਗਲਵਾਰ ਰਾਤ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬੱਸ ਸਟੈਂਡ ਦੇ ਕੋਲ ਦਾ ਹੋਟਲ ਰਾਇਲ ਸ਼ੈਟਲ ਦੀ ਚੌਥੀ ਮੰਜ਼ਲ ਤੇ ਜਿਹੜਾ ਸਪਾ ਸੈਂਟਰ ਚੱਲਦਾ ਹੈ ਉਹਦੇ ਵਿੱਚ ਸੈਕਸ ਰੈਕਟ ਵੀ ਚੱਲਦਾ ਹੈ। ਪੁਲਿਸ ਟੀਮ ਰਾਤ ਨੂੰ ਕਰੀਬ 9 ਵਜੇ ਹੋਟਲ ਪਹੁੰਚੀ ਤੇ ਪੁਲਿਸ ਟੀਮ ਨੂੰ ਦੇਖ ਕੇ ਦੋਵੇਂ ਵਿਦੇਸ਼ੀ ਲੜਕੀਆਂ ਨੇ ਇੱਥੋਂ ਭੱਜਣ ਦੀ ਕੋਸ਼ਿਸ਼ ਕੀਤੀ। ਜਦੋਂ ਬਚ ਨਾ ਸਕਿਆ ਤਾਂ ਚੌਥੀ ਮੰਜ਼ਲ ਤੋਂ ਛਾਲ ਮਾਰ ਗਈਆਂ। ਸੋ ਹਾਲੇ ਉਹਨਾਂ ਦਾ ਇਲਾਜ ਚੱਲ ਰ ਸੁਨਾ ਤਾਂ ਕੁਛ ਪੜਤਾਲ ਕਰੇਗੀ ਆਸਟ੍ਰੇਲੀਆ ਦੇ ਸੂਬਾ ਕੋਇੰਸਲੈਂਡ ਦੇ ਸਨਸ਼ਾਈਨ ਕੋਸਟ ਦੇ ਇਲਾਕੇ ਵਿੱਚ ਦਰਦਨਾਕ ਸੜਕ ਹਾਦਸਾ ਵਾਪਰਨ ਕਾਰਨ 11 ਸਾਲ ਦੇ ਪੰਜਾਬੀ ਗੁਰਸਿੱਖ ਬੱਚੇ ਗੁਰਮੰਤਰ ਸਿੰਘ ਗਿੱਲ ਦੀ ਦਰਦਨਾਕ ਤਰੀਕੇ ਨਾਲ ਜਾਨ ਚਲੇਗੀ ਜਿਸ ਨੇ ਪੰਜਾਬੀ ਭਾਈਚਾਰੇ ਨੂੰ ਝੰਡੋੜ ਕੇ ਰੱਖ ਦਿੱਤਾ ਮੰਗਲਵਾਰ ਨੂੰ ਦੁਪਹਿਰੇ ਪੌਣੇ 4 ਵਜੇ ਦੇ ਕਰੀਬ ਜਦੋਂ ਗੁਰਮੰਤਰ ਸਿੰਘ ਆਪਣੀ ਸਾਈਕਲ ਤੇ ਸਵਾਰ ਹੋ ਕੇ ਸਕੂਲੋਂ ਘਰੇ ਵਾਪਸ ਪਰਤ ਰਿਹਾ ਸੀ ਤਾਂ ਸਕੂਲ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ ਤੇ ਆਸਟ੍ਰੇਲੀਆ ਵਰਗੇ ਵਿਕਸਿਤ ਮੁਲਕ ਦੇ ਵਿੱਚ ਇਸ ਤਰ੍ਹਾਂ ਦਾ ਹਾਦਸਾ ਵਾਪਰਨਾ ਕੋਈ ਛੋਟੀ ਨਹੀਂ ਬਲਕਿ ਬਹੁਤ ਵੱਡੀ ਗੱਲ ਹੈ ਬੱਚੇ ਨੂੰ ਗੰਭੀਰ ਸੱਟਾਂ ਲੱਗੀਆਂ ਐਮਰਜੈਂਸੀ ਸੇਵਾਵਾਂ ਦੇ ਵੱਲੋਂ ਸਨਸ਼ਾਈਨ ਕੋਸਟ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਚੱਲਦਾ ਹੋਇਆ ਬੱਚਾ ਦਮ ਤੋੜ ਗਿਆ ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਅਤੇ ਪੂਰੀ ਦੁਨੀਆ ਤੋਂ ਦਿੱਲੀ ਆਪਕਾਰੀ ਨੀਤੀ ਮਾਮਲੇ ਸੰਬੰਧੀ सीबीआई ਦੇ ਵੱਲੋਂ ਗ੍ਰਿਫਤਾਰੀ ਨੂੰ ਚੈਲੰਜ ਕਰਨ ਦੀ ਅਰਵਿੰਦ ਕੇਜੀਵਾਲ ਦੀ ਪਟੀਸ਼ਨ ਤੇ ਦਿੱਲੀ ਹਾਈ ਕੋਰਟ ਨੇ ਅੱਜ ਕੋਈ ਫੈਸਲਾ ਨਹੀਂ ਸੁਣਾਇਆ ਫੈਸਲਾ ਸੁਰੱਖਿਅਤ ਰੱਖ ਲਿਆ ਹੈ ਯਾਨੀ ਕਿ ED ਵੱਲੋਂ ਜ਼ਮਾਨਤ ED ਦੇ ਕੇਸ ਵਿੱਚ ਜ਼ਮਾਨਤ ਮਿਲਣ ਦੇ ਬਾਵਜੂਦ ਵੀ ਅਰਵਿੰਦ ਕੇਜੀਵਾਲ ਹਾਲੇ jail ਤੋਂ ਬਾਹਰ ਨਹੀਂ ਆ ਸਕਦੇ ਅਦਾਲਤ ਹੁਣ 29 ਜੁਲਾਈ ਨੂੰ ਇਸ ਮਾਮਲੇ ਤੇ ਸੁਣਵਾਈ ਕਰੇਗੀ ਯਾਨੀ ਕਿ ਪੂਰੇ 11 ਦਿਨ ਬਾਅਦ ਸੁਣਵਾਈ ਦੀ ਤਰੀਖ ਪਾਈ ਗਈ ਹੈ ਅਦਾਲਤ ਨੇ ਅੰਤਰੀਮ ਤੇ ਰੈਗੂਲਰ ਜ਼ਮਾਨਤ ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਕਰਨਾਟਕਾ ਹਾਈ ਕੋਰਟ ਦੇ ਵੱਲੋਂ ਪੱਤਰਕਾਰ ਗौरी ਲੰਕੇਸ਼ ਤੇ ਕਤਲ ਮਾਮਲੇ ਦੇ ਤਿੰਨ ਦੋਸ਼ੀਆਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਜਸਟਿਸ ਐਸ ਵਿਸ਼ਵਜੀਤ ਸ਼ੈਟੀ ਦੀ ਅਦਾਲਤ ਨੇ ਕੱਲ ਅਮਿਤ ਦਿਗਵੇਕਰ ਐਚ ਐਲ ਸੁਰੇਸ਼ ਤੇ ਕੇਟੀ ਨਵੀਨ ਕੁਮਾਰ ਨੂੰ ਜ਼ਮਾਨਤ ਦਿੱਤੀ ਤਿੰਨਾਂ ਨੇ ਮੁਕਦਮੇ ਵਿੱਚ ਦੇਰੀ ਦਾ ਹਵਾਲਾ ਦਿੰਦੇ ਹੋਏ ਜ਼ਮਾਨਤ ਦੀ ਮੰਗ ਦਿੱਤੀ ਇਹ ਮੰਗ ਕੀਤੀ ਸੀ ਲੰਗੇ ਸਾਲ ਦਸੰਬਰ ਮਹੀਨੇ ਵਿੱਚ ਅਦਾਲਤ ਨੇ ਇੱਕ ਹੋਰ ਮੁਲਜ਼ਮ ਐਨ ਮੋਹਨ ਨਾਇਕ ਨੂੰ ਜ਼ਮਾਨਤ ਦਿੱਤੀ ਸੀ ਆਪਣੀਆਂ ਲੇਖਣੀਆਂ ਕਾਰਨ ਚਰਚਿਤ ਰਹੀ ਗੋਰੀ ਲੰਕੇਸ਼ ਨੂੰ 5 ਸਤੰਬਰ 2017 ਨੂੰ ਬੈਂਗਲੁਰੂ ਦੇ ਵਿੱਚ ਉਸ ਦੇ ਘਰ ਦੇ ਬਾਹਰ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ ਇਸ ਵਾਰ ਪੈरिस 올림픽ਸ ਦੀ ਸੁਰੱਖਿਆ ਦੇ ਲਈ ਸੈਂਟਰਲ ਰਿਜ਼ਰਵ ਪੁਲਿਸ ਫੋਰਸ ਦਾ 엘ੀਟ ਡੌਗਸ ਸਕੁਐਡ ਕੇ 9 ਤਾਇਨਾਤ ਕੀਤਾ ਜਾਵੇਗਾ 10 ਟੀਮਾਂ 10 ਜੁਲਾਈ ਨੂੰ ਪੈरिस ਲਈ ਰਵਾਨਾ ਹੋਈਆਂ ਇਹਨਾਂ ਨੂੰ 26 ਜੁਲਾਈ ਤੋਂ 11 ਅਗਸਤ ਤੱਕ ਹੋਣ ਵਾਲੇ ਪੈरिस 올림픽ਸ 2024 ਦੇ ਵੱਖ-ਵੱਖ ਸਥਾਨਾਂ ਤੇ ਸੁਰੱਖਿਆ ਦੇਨ ਦੇ ਲਈ ਚੁਣਿਆ ਗਿਆ ਹੈ ਟ੍ਰੇਨਡ ਕੁੱਤਿਆਂ ਦੇ ਵਿੱਚ ਇਹ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਇਹਨਾਂ ਦੀਆਂ ਦੋ ਕਿਸਮਾਂ ਕੇ ਨਾਇਨਸ ਵਾਸਟ ਐਂਡ ਡਨ ਬਾਈ ਦੋਨੇ ਬੈਲਜੀਅਨ ਸ਼ੈਫਰਡ ਮੈਲਨੋਇਸ ਨੇ ਤੇ ਇਹਨਾਂ ਦੀ ਉਮਰ 5 ਜਾਂ 3 ਸਾਲ ਦੀ ਹੈ केदारनाथ ਮੰਦਿਰ ਵਿੱਚ ਸੋਨਾ ਘਟਾਲੇ ਦੇ ਦਾਅਵਿਆਂ ਤੇ ਬਦਰੀਨਾਥ ਕੇਦਾਰਨਾਥ ਮੰਦਿਰ ਕਮੇਟੀ ਦੇ ਪ੍ਰਧਾਨ ਅਜਿੰਦਰ ਅਜੈ ਨੇ 228 ਕਿਲੋ ਸੋਨੇ ਦੇ ਦਾਅਵਿਆਂ ਤੇ ਨਿਸ਼ਾਨਾ ਸਾਧਿਆ ਕਿਹਾ ਕਿ ਅਜੈ ਨੇ ਐਨਆਈ ਨੂੰ ਦੱਸਿਆ ਕਿ ਕੇਦਾਰਨਾਥ ਧਾਮ ਦੇ ਵਿੱਚ ਸੋਨਾ ਗਾਇਬ ਹੋਣ ਬਾਰੇ ਸਵਾਮੀ ਅਵੀ ਮੁਖਤੇਸ਼ਵਰ ਨੰਦ ਦਾ ਬਿਆਨ ਬਹੁਤ ਮੰਦਭਾਗਾ ਹੈ ਉਹਨਾਂ ਸ਼ੰਕਰਾਚਾਰੀਆਂ ਨੂੰ ਇਸ ਮਾਮਲੇ 'ਚ ਤੱਥ ਅਤੇ ਸਬੂਤ ਪੇਸ਼ ਕਰਨ ਦਾ ਚੈਲੰਜ ਕੀਤਾ ਹੈ ਮੁੰਬਈ 에ਰਪੋਰਟ ਤੇ 에어 ਇੰਡੀਆ ਵੱਲੋਂ 에ਰਪੋਰਟ ਲੋਡਰ ਦੀ ਭਰਤੀ ਦੌਰਾਨ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ 600 ਸਾਮੀਆਂ ਲਈ 25000 ਤੋਂ ਵੱਧ ਬੇਨਕਾਰ ਆਏ ਤੇ 에어 ਇੰਡੀਆ ਦੇ ਕਰਮਚਾਰੀਆਂ ਨੂੰ ਵੀ ਭਾਰੀ ਭੀੜ ਨੂੰ ਸਾਂਭਣ ਲਈ ਸੰਘਰਸ਼ ਕਰਨਾ ਪਿਆ ਬੇਨਕਾਰ ਫਾਰਮ ਕਾਊਂਟਰ ਤੇ ਪਹੁੰਚਣ ਲਈ ਇੱਕ ਦੂਜੇ ਨੂੰ ਧੱਕੇ ਮਾਰ ਰਹੇ ਸਨ ਏਅਰਪੋਰਟ ਲੋਡਰਾਂ ਨੂੰ 에ਅਰਕ੍ਰਾਫਟਰ ਲੋਡਿੰਗ ਅਤੇ ਅਨਲੋਡਿੰਗ ਅਤੇ ਬੈਗੇਜ ਬੈਲਸ ਤੇ ਰੈਂਪ ਟਰੈਕਟਰ ਚਲਾਉਣ ਦਾ ਕੰਮ ਸੌਂਪਿਆ ਜਾਂਦਾ ਹੈ ਹਰੇਕ ਜਹਾਜ਼ ਨੂੰ ਸਮਾਨ ਕਾਰਗੋ ਤੇ ਭੋਜਨ ਦੀ ਸਪਲਾਈ ਨੂੰ ਸੰਭਾਲਣ ਲਈ ਘੱਟੋ-ਘੱਟ 5 ਲੋਡਰਾਂ ਦੀ ਲੋੜ ਹੁੰਦੀ ਹੈ ਤੇ ਇਹਨਾਂ ਲੋਡਰਾਂ ਦੀ ਭਰਤੀ ਦੌਰਾਨ ਹੀ 에ਅਰਪੋਰਟ ਤੇ ਭਗਦੜ ਮੱਚੀ ਵਿਦੇਸ਼ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲੀ ਖਬਰ ਗਾਜ਼ਾ ਇਜ਼ਰਾਈਲ ਦੇ ਨਾਲ ਜੁੜੀ ਹੋਈ ਹੈ ਹਮਾਸ ਦੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਗਾਜ਼ਾ ਦੇ ਵਿੱਚ ਇਜ਼ਰਾਈਲੀ ਹਵਾਈ ਹਮਲੇ ਲਗਾਤਾਰ ਜਾਰੀ ਨੇ ਇਹਨਾਂ ਵਿੱਚ ਘੱਟੋ-ਘੱਟ 50 ਫਲਸਤੀਨੀ ਹੋਰ ਖਤਮ ਹੋ ਨੇ ਹਮਲੇ ਵਿੱਚ ਕੁਝ ਹੋਰ ਲੋਕ ਵੀ ਜ਼ਖਮੀ ਹੋਏ ਨੇ ਇਹਨਾਂ ਵਿੱਚ ਇੱਕ ਵੱਡਾ ਹਮਲਾ ਦੱਖਣੀ ਸ਼ਹਿਰ ਖਾਨ ਯੂਨਿਸ ਦੇ ਵਿੱਚ ਕੀਤਾ ਗਿਆ ਦੂਸਰਾ ਹਮਲਾ ਮੱਦ ਗਾਜ਼ਾ ਵਿੱਚ ਹੋਇਆ ਇਜ਼ਰਾਈਲ ਦਾ ਦਾਅਵਾ ਹੈ ਕਿ ਪਿਛਲੇ 9 ਮਹੀਨੇ ਵਿੱਚ ਉਸਦੇ ਹਵਾਈ ਹਮਲੇ ਅਤੇ ਜ਼ਮੀਨੀ ਕਾਰਵਾਈਆਂ ਦੇ ਵਿੱਚ 14000 ਹਮਾਸ ਕੱਟੜਪੰਥੀ ਖਤਮ ਕੀਤੇ ਗਏ ਨੇ ਜਦਕਿ ਦੂਸਰੇ ਪਾਸੇ ਹਮਾਸ ਦਾ ਸਿਹਤ ਮੰਤਰਾਲਾ ਲਗਾਤਾਰ ਇਹ ਕਹਿੰਦਾ ਕਿ ਆਮ ਲੋਕਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਤੇ ਆਮ ਲੋਕਾਂ ਨੂੰ ਖਤਮ ਕੀਤੇ ਜਾਣ ਦੀਆਂ ਵੀਡੀਓਜ਼ ਅਸੀਂ ਜਿਹੜਾ ਹੈਗਾ ਵੱਡੇ ਕੌਮਾਂਤਰੀ ਚੈਨਲਾਂ ਤੇ ਅਲ ਜਜ਼ੀਰਾ ਵਰਗੇ ਚੈਨਲਾਂ ਤੇ ਦੇਖ ਸਕਦੇ ਹਾਂ ਯੂਰਪੀਅਨ ਯੂਨੀਅਨ ਦੀ ਇੱਕ ਅਦਾਲਤ ਨੇ ਕਿਹਾ ਹੈ ਕਿ ਯੂਰੋਪੀ ਕਮਿਸ਼ਨ ਨੇ ਜਨਤਾ ਨੂੰ ਦਵਾਈ ਕੰਪਨੀਆਂ ਦੇ ਨਾਲ ਕੋਵਿਡ-19 ਵਿਰੋਧੀ ਟੀਕਿਆਂ ਦੀ ਖਰੀਦਦਾਰੀ ਦੇ ਸੰਬੰਧ ਵਿੱਚ ਹੋਏ ਸਮਝੌਤਿਆਂ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ ਇਹ ਫੈਸਲਾ ਯੂਰਪੀਅਨ ਸੰਸਦ ਵਿੱਚ ਹੋਣ ਵਾਲੀ ਇੱਕ ਅਹਿਮ ਵੋਟਿੰਗ ਤੋਂ ਇੱਕ ਦਿਨ ਪਹਿਲਾਂ ਆਇਆ ਹੈ ਜਿਸ ਵਿੱਚ ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੂਲਾ ਵੌਨ ਡੇਰ ਲੀਂ ਨੇ ਇੱਕ ਵਾਰ ਫਿਰ ਇਸ ਅਹੁਦੇ ਤੇ ਚੁਣੇ ਜਾਣ ਦੀ ਆਸ ਕਰ ਰਹੀ ਹੈ। ਯੂਰਪੀਅਨ ਯੂਨੀਅਨ ਦੇ ਸੰਸਦ ਮੈਂਬਰਾਂ ਦੇ ਇੱਕ ਗਰੁੱਪ ਨੇ ਦਵਾਈ ਕੰਪਨੀਆਂ ਤੇ ਯੂਰਪੀਅਨ ਕਮਿਸ਼ਨ ਵਿਚਾਲੇ ਕੋਵਿਡ-19 ਵਿਰੋਧੀ ਟੀਕਿਆਂ ਦੀ ਖਰੀਦ ਨੂੰ ਲੈ ਕੇ ਹੋਏ ਸਮਝੌਤਿਆਂ ਬਾਰੇ ਪੂਰੀ ਜਾਣਕਾਰੀ ਦੇਣ ਤੋਂ ਕਮਿਸ਼ਨ ਦੇ ਇਨਕਾਰ ਤੋਂ ਬਾਅਦ ਉਸ ਖਿਲਾਫ ਅਦਾਲਤ ਦਾ ਰੁਖ ਕੀਤਾ ਸੀ ਅਸਾਮ ਦੇ ਮੁੱਖ ਮੰਤਰੀ ਹਿਮੰਤ ਵਿਸਵਾ ਸ਼ਰਮਾ ਨੇ ਸੂਬੇਦ ਵਿੱਚ ਮੁਸਲਮਾਨਾਂ ਦੀ ਆਬਾਦੀ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿ ਹੈ ਕਿ ਜਨਸੰਖਿਆ ਬਦਲਣਾ ਮੇਰੇ ਲਈ ਇੱਕ ਵੱਡਾ ਮੁੱਦਾ ਹੈ ਅੱਜ ਅਸਾਮ ਦੇ ਵਿੱਚ ਮੁਸਲਮਾਨਾਂ ਦੀ ਆਬਾਦੀ 40% ਤੱਕ ਪਹੁੰਚ ਗਈ ਹੈ ਕਹਿੰਦੇ 1951 ਦੇ ਵਿੱਚ ਮੁਸਲਮ ਪਾਈਚਾਰੀ के बाद दी सिर्फ 12% ਹੁੰਦੀ ਸੀ ਅਸੀਂ ਕਈ ਜ਼ਿਲ੍ਹੇ ਗੁਆ ਚੁੱਕੇ ਹਾਂ ਮੇਰੇ ਲਈ ਕਹਿੰਦੇ ਕਿ ਸਿਆਸੀ ਮੁੱਦਾ ਨਹੀਂ ਬਲਕਿ ਮੇਰੇ ਲਈ ਤਾਂ ਜ਼ਿੰਦਗੀ ਅਤੇ ਮੌਤ ਦਾ ਮਾਮਲਾ ਹੈ ਯਾਨੀ ਕਿ ਮੁਸਲਮਾਨਾਂ ਦੀ ਵਾਧਦੀ ਆਬਾਦੀ ਤੇ ਅਸਾਮ ਦੇ ਮੁੱਖ ਮੰਤਰੀ ਨੂੰ ਚਿੰਤਾ ਹੈ ਲੰਗੇ ਦਿਨੀ ਬਰਤਾਨੀਆਂ ਦੇ ਵਿੱਚ ਕੈਂਟ ਦੇ ਸ਼ਹਿਰ ਗਰੇਵਸੈਂਡ ਦੇ ਇੱਕ ਗੁਰਦੁਆਰੇ ਦੇ ਵਿੱਚ ਇੱਕ ਨਾਬਾਲਗ ਨੇ ਦੋ ਲੜਕੀਆਂ ਤੇ ਸ਼ਰਧਾਲੂ ਕੁੜੀਆਂ ਤੇ ਤੇਜ਼ ਤਰ੍ਹਾਂ ਹਥਿਆਰਾਂ ਨਾਲ ਹਮਲਾ ਕੀਤਾ ਸੀ ਉਸ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ ਹੋਰ 17 ਸਾਲ ਦੇ ਮੁੰਡੇ ਨੂੰ ਗ੍ਰਿਫਤਾਰ ਕੀਤਾ ਹੈ ਉਸ ਤੇ ਕਤਲ ਦੀ ਕੋਸ਼ਿਸ਼ ਦੇ ਇਲਜ਼ਾਮ ਲੱਗੇ ਹਨ ਕੈਂਟ ਪੁਲਿਸ ਦੇ ਮੁਤਾਬਿਕ ਮਲਜ਼ੂਮ ਨੂੰ ਮੈਡਾਸਟੋਨ ਕ੍ਰਾਊਨ ਕੋਰਟ ਦੇ ਵਿੱਚ ਪੇਸ਼ ਕਰਕੇ ਸਰੀਰਕ ਨੁਕਸਾਨ ਪਹੁੰਚਾਉਣ ਦੇ ਯਤਨ ਦੇ ਨਾਲ-ਨਾਲ ਹਮਲਾ ਕਰਨ ਗੈਰਕਾਨੂੰਨੀ ਹਿੰਸਾ ਦੀ ਵਰਤੋਂ ਕਰਨ ਜਾਂ ਧਮਕੀ ਦੇਣ ਜਾਨੋਂ ਮਾਰਨ ਦੀ ਧਮਕੀ ਦੇਣ ਤੇਜ਼ ਧਾਰ ਹਥਿਆਰ ਨਾਲ ਕਿਸੇ ਵਿਅਕਤੀ ਨੂੰ ਧਮਕਾਉਣ ਤੇ ਜਨਤਕ ਥਾਂ ਤੇ ਤੇਜ਼ ਧਾਰ ਵਸਤੂ ਰੱਖਣ ਦਾ ਦੋਸ਼ ਲੱਗਿਆ ਹੈ ਜਿਸ ਦਿਨ ਹਮਲਾ ਹੋਇਆ ਸੀ ਉਸੇ ਦਿਨ ਹੀ ਇੱਕ ਹਮਲਾਵਰ ਨੂੰ ਤਾਂ ਪੁਲਿਸ ਨੇ ਦਬੋਚ ਲਿਆ ਸੀ ਜਦਕਿ ਦੂਸਰਾ ਭੱਜ ਗਿਆ ਸੀ ਉਸ ਵੇਲੇ ਹਾਲਾਂਕਿ ਸਪਸ਼ਟ ਨਹੀਂ ਹੋ ਸਕਿਆ ਸੀ ਕਿ ਹਮਲਾਵਰ ਇੱਕ ਸੀ ਜਾਂ ਦੋ ਪਰ ਪਰ ਤਖ ਦਰਸ਼ੀ ਦੱਸ ਰਹੇ ਸਨ ਕਿ ਦੋ ਜਣੇ ਆਏ ਸਨ ਇੱਕ ਜਣਾ ਇੱਧਰ ਨੂੰ ਭੱਜਿਆ ਹੈ ਆਵਾਜ਼ਾਂ ਸੁਣਾਈ ਦਿੰਦੀਆਂ ਸਨ ਵੀਡੀਓ ਦੇ ਵਿੱਚੋਂ ਭਾਰਤ ਦੇ ਗੁਆਂਢੀ ਮੁਲਕ ਬੰਗਲਾਦੇਸ਼ ਵਿੱਚ ਸਰਕਾਰੀ ਨੌਕਰੀਆਂ 'ਚ ਰਾਖਵੇਂਕਰਨ ਨੂੰ ਖਤਮ ਕਰਨ ਦੀ ਮੰਗ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਹਿੰਸਾ ਫੈਲ ਗਈ ਹੈ ਇਸ ਵਿੱਚ 400 ਤੋਂ ਵੱਧ ਲੋਕ ਜ਼ਖਮੀ ਹੋਏ ਨੇ 6 ਲੋਕਾਂ ਦੀ ਜਾਨ ਚਲੀ ਗਈ ਹੈ ਇਸ ਘਟਨਾ ਤੋਂ ਬਾਅਦ ਦੇਸ਼ ਭਰ ਦੇ ਸਾਰੇ ਸਕੂਲ ਤੇ ਯੂਨੀਵਰਸਿਟੀਆਂ ਅੰਗਲੇ ਹੁ ਹੰਸਾ ਉਦੋਂ ਹੋਰ ੜਕ ਗਈ ਜਦੋਂ ਰੰਗਪੁਰ ਬੀਗਮ ਰੋਕੀਆ ਯੂਨੀਵਰਸਿਟੀ ਦੇ 22 ਸਾਲਾ ਵਿਦਿਆਰਥੀ ਅਬੂ ਸਈਦ ਦੀ ਮੰਗਲਵਾਰ ਨੂੰ ਪੁਲਿਸ ਕਾਰਵਾਈ ਦੌਰਾਨ ਜਾਨ ਚਲੇ ਗਈ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪੁਲਿਸ ਨੇ ਉਸਤੇ ਗੋਲੀਆਂ ਚਲਾਈਆਂ ਸਨ Oman ਦੇ ਟੱਟ ਤੇ ਤੇਲ ਟੈਂਕਰ ਪਲਟਣ ਕਾਰਨ ਚਾਲਕ ਦਲ ਦੇ 16 ਮੈਂਬਰ ਲਾਪਤਾ ਨੇ ਜਿਨ੍ਹਾਂ ਵਿੱਚ 13 ਭਾਰਤੀ ਤੇ 3 ਸ਼੍ਰੀਲੰਕਾ ਦੇ ਹਨ Oman ਦੇ ਮਰੀਨ ਸਿਕਿਉਰਿਟੀ ਸੈਂਟਰ ਨੇ X ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ Comoros ਝੰਡੇ ਵਾਲਾ ਤੇਲ ਟੈਂਕਰ ਰਾਸਮਦਰਕਾ ਤੋਂ 25 ਨੌਟਿਕਲ ਮੀਲ ਦੱਖਣ ਪੂਰਬ ਦੇ ਵਿੱਚ ਬੰਦਰਗਾਹ ਸ਼ਹਿਰ ਦੁਕਮ ਦੇ ਨੇੜੇ ਪਲਟ ਗਿਆ ਉਹਨਾਂ ਕਿਹਾ ਕਿ ਪ੍ਰੈਸਟੀਜ ਫਾਲਕਨ ਜਹਾਜ਼ ਦਾ ਚਾਲਕ ਦਲ ਹਾਲੇ ਵੀ ਲਾਪਤਾ ਹੈ ਤੇ ਭਾਲ ਕੀਤੀ ਜਾ ਰਹੀ ਹੈ ਗ੍ਰੀਨ ਟ੍ਰੈਫਿਕ ਵੈੱਬਸਾਈਟ ਮੁਤਾਬਕ ਹਮਰੀਆ ਦੇ بندرਗਾਹ ਤੋਂ ਰਵਾਨਾ ਹੋਇਆ ਤੇਲ ਟੈਂਕਰ ਯਮਨ ਦੇ بندرਗਾਹ ਸ਼ਹਿਰ ਅਦਨ ਵੱਲ ਜਾ ਰਿਹਾ ਸੀ ਅਗਲੀ ਖਬਰ ਵੀ ਓਮਾਨ ਤੋਂ ਹੈ ਜਿੱਥੇ ਰਾਜਧਾਨੀ ਮਸਕਰ ਦੇ ਵਿੱਚ ਸ਼ੀਆ ਮਸਜਿਦ ਨੇੜੇ ਇਸਲਾਮਿਕ ਸਟੇਟ ਅਤਵਾਦੀ ਗਰੁੱਪ ਦੀ ਗੋਲੀਬਾਰੀ ਦੇ ਨਾਲ 6 ਜਣਿਆਂ ਦੀ ਜਾਨ ਚਲੀ ਗਈ ਜਿਨ੍ਹਾਂ ਵਿੱਚ ਇੱਕ ਭਾਰਤੀ ਵੀ ਸ਼ਾਮਲ ਹੈ ਸੋਮਵਾਰ ਰਾਤ ਨੂੰ ਹੋਈ ਇਸ ਗੋਲੀਬਾਰੀ ਦੌਰਾਨ ਇੱਕ ਪੁਲਿਸ ਕਰਮੀ ਅਤੇ 5 ਪਾਕਿਸਤਾਨੀਆਂ ਦੀ ਵੀ ਜਾਨ ਗਈ ਹੈ 28 ਜਣੇ ਜ਼ਖਮੀ ਹੋਏ ਨੇ ਆਈਐਸ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਬੈਂਕਾਕ ਦੇ ਹੋਟਲ ਤੋਂ ਸਾਈਨਾਈਟ ਕਰਕੇ 6 ਵਿਦੇਸ਼ੀਆਂ ਦੀ ਜਾਨ ਚਲੀ ਗਈ ਥਾਈ ਪੁਲਿਸ ਨੇ ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦੇਸ਼ੀ ਦੀ ਦੇਹ ਬੈਂਕਾਕ ਦੇ ਇੱਕ ਆਲਿਸ਼ਾਨ ਹੋਟਲ ਦੇ ਕਮਰੇ ਚੋਂ ਮਿਲੀ ਜਾਨ ਗਵਾਉਣ ਵਾਲਿਆਂ ਦੇ ਵਿੱਚ ਇੱਕ ਸ਼ੱਕੀ ਕਾਤਲ ਵੀ ਸ਼ਾਮਲ ਹੈ ਪੁਲਿਸ ਨੇ ਦੱਸਿਆ ਕਿ ਲਗਜ਼ਰੀ ਗ੍ਰੈਂਡ ਹਾਇਤ ਇਰਾਵਾਨ ਹੋਟਲ ਦੇ ਇੱਕ ਕਮਰੇ ਵਿੱਚ ਪੀਣ ਵਾਲੇ ਗਲਾਸਾਂ ਤੇ ਚਾਹਦਾਨੀ ਦੇ ਵਿੱਚ ਸਾਈਨਾਈਡ ਮਿਲਿਆ ਹੈ ਸਾਈਨ ਨ ਉਹ ਪਦਾਰਥ ਹੁੰਦਾ ਹੈ ਜਿਸ ਦੇ ਸਰੀਰ ਚ ਅੰਦਰ ਜਾਣ ਦੇ ਨਾਲ ਹੀ ਇਨਸਾਨ ਦੀ ਜਾਨ ਚਲੀ ਜਾਂਦੀ ਹੈ ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਸਵੇਰ ਦੀਆਂ ਖਬਰਾਂ ਚ ਫਿਰ ਮਿਲਾਂਗੇ ਧੰਨਵਾਦ